ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ, ਰਾਤਰੀ ਦੇ ਦੀਵਾਨਾ ਟਾਈਮ ਸਤਿਗੁਰਾਂ ਦੇ ਹਜ਼ੂਰ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਜੁੜ ਬੈਠੇ ਹਾਂ। ਅੰਮ੍ਰਿਤ ਗੁਰਬਾਣੀ ਨਿਤਨੇਮ ਉਪਰੰਤ ਜਿੰਨਾ ਕੁ ਟਾਈਮ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਜੀਵਾਂ 'ਤੇ ਰਹਿਮਤ ਕਰਦੇ ਹੈ, ਸਤਿਗੁਰਾਂ ਦੀ ਬਖਸ਼ਿਸ਼ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਵਿਚਾਰ ਜੋ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ, ਦਾਤਾਂ ਬਖਸ਼ਿਸ਼ ਕੀਤੀਆਂ, ਜਿੰਨਾ ਕੁ ਟਾਈਮ ਸਾਹਿਬ ਜੀ ਰਹਿਮਤ ਕਰਦੇ ਹੈ, ਮਨ ਵਿਰਤੀਆਂ ਇਕਾਗਰ ਕਰ, ਗੁਰ ਇਤਿਹਾਸ ਦੀ ਪਾਵਨ ਵਿਚਾਰ ਨਾਲ ਜੁੜ, ਆਪਣੇ ਮਨੁੱਖਾ ਜਨਮ ਦਾ ਕੁਝ ਟਾਈਮ ਸਫਲ ਬਣਾਈਏ। ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਵਡਿਆਈ, ਜਿਨ੍ਹਾਂ ਦੇ ਗੁਣ ਭੱਟ ਕਹਿੰਦੇ ਭਾਈ, ਰਵ ਸਸ ਕਿਰਨ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਪਲ ਉਨਹਾਂ ਜੋ ਗਾਵੇ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਭਾਈ ਭੱਟਾਂ ਦੇ ਕੋਲ ਗੁਰਮੁਖ ਪਿਆਰੇ ਬੈਠੇ, ਭੱਟ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਦੀ ਵਡਿਆਈ ਗਾ ਰਹੇ ਹੈ। ਕਹਿੰਦੇ ਉਹ ਗੁਰਸਿੱਖੋ ਪਿਆਰਿਓ, ਆਪਾਂ ਜਿੰਨੇ ਮਹਾਰਾਜ ਦੇ ਦਰਬਾਰ ਜੁੜੇ ਹਾਂ, ਇਹ ਉਹ ਦਰ ਹੈ। ਗੁਰਸਿੱਖ ਵਾਰ ਵਾਰ ਆਖਦੇ ਹੈ ਸਤਿਗੁਰਾਂ ਦੀ ਹੋਰ ਵਡਿਆਈ ਸੁਣਾਓ, ਮਹਿਮਾ ਹੋਰ ਸਤਿਗੁਰਾਂ ਦੀ ਕਰੋ। ਤਾਂ ਭੱਟ ਕਹਿਣ ਲੱਗੇ, ਭਾਈ ਸਤਿਗੁਰਾਂ ਦੀਆਂ ਵਡਿਆਈਆਂ ਦਾ ਅੰਤ ਪਾਰਾਵਾਰ ਨਹੀਂ ਹੈ ਕੋਈ। ਜਿਹੜੀਆਂ ਚੀਜ਼ਾਂ ਦਾ ਪਾਰਾਵਾਰ ਨਹੀਂ ਹੈ, ਗੁਰੂ ਦੀ ਵਡਿਆਈ ਤਾਂ ਇੰਨੀ ਅਗਾਧ ਬੋਧ ਹੈ। ਘਨ ਹਰ ਬੂੰਦ ਬਸੋ ਰੋਮਾਵਲ, ਘਨ ਹਰ ਬੂੰਦ ਆਕਾਸੀ ਮੀਂਹ ਦੀਆਂ ਬੂੰਦਾਂ ਗਿਣਤੀ ਨਹੀਂ ਹੈ, ਪਰ ਕੁਸਮ ਬਸੋ ਰੋਮਾਵਲ ਜੋ ਵਸਦੀ ਹੈ ਰੋਮਾਵਲੀ, ਭਾਈ ਕੋਈ ਗਿਣਤੀ ਨਹੀਂ ਹੈ। 96 ਕਰੋੜ ਮੇਘਮਾਲਾ ਅਤੇ ਬਨਸਪਤੀ ਕੁਸਮ ਬਸੰਤ ਗਨੰਤ ਨਾ ਆਵੇ। ਬਸੰਤ ਰੁੱਤ ਅੰਦਰ ਕੁਸਮ ਕਹੀਏ ਫੁੱਲਾਂ ਦੀ, ਉਦੋਂ ਨਖਿੱਧ ਜਿਹੜਾ ਘਾਹ ਹੈ ਇਹ ਵੀ ਪ੍ਰਫੁੱਲਿਤ ਹੁੰਦਾ ਹੈ, ਇਹਨੂੰ ਵੀ ਫੁੱਲ ਆਉਂਦੇ ਹੈ। ਉਸ ਰੁੱਤ ਦੇ ਵਿੱਚ ਬਨਸਪਤੀ ਦੇ ਫੁੱਲਾਂ ਦੀ ਕੋਈ ਗਿਣਤੀ ਨਹੀਂ, ਦਿਨ ਰਾਤ ਬਨਸਪਤੀ ਮੌਲਦੀ ਹੈ, ਖਿੜਦੀ ਹੈ, ਉਹਦੀ ਕੋਈ ਗਿਣਤੀ ਨਹੀਂ। ਹਾਂ ਭਾਈ, ਕੋਈ 81 ਬੂੰਦਾਂ ਦੀ ਵੀ ਗਿਣਤੀ ਕਰ ਸਕਦਾ ਮੀਂਹ ਦੀਆਂ, ਕਿੰਨੀ ਤੀਵਰਤਾ ਨਾ ਪਿਆ
ਇਹ ਮਾਪਦੰਡ ਕੋਈ ਮਾਪ ਸਕਦਾ ਭਾਈ? ਸਾਇੰਸ ਵਿਗਿਆਨ ਤਕਨੋਲਜੀ ਹੈ। ਇਹਨਾਂ ਫੁੱਲਾਂ ਦੀ ਜਿਹੜੀ ਗਿਣਤੀ ਹੈ ਇਹ ਵੀ ਕੋਈ ਹੈ ਤਾਂ ਗਿਣਤੀ ਤੋਂ ਰਹਿਤ ਹੈ, ਪਰ ਕੋਈ ਗਿਣ ਸਕਦਾ, ਗਿਣ ਲੈ ਤਾਂ ਗਿਣ ਲੈ, ਕਿਉਂਕਿ ਵਾਹਿਗੁਰੂ ਦੀ ਕੀਤੀ ਕੁਦਰਤ ਹੈ ਭਾਈ, ਹੈ ਤਾਂ ਅਣਗਿਣਤ। ਇਹ ਜਿਵੇਂ 84 ਲੱਖ ਜੂਨ ਅਸੀਂ ਕਹਿ ਦਿੰਦੇ ਹਾਂ ਗਿਣਤੀ 'ਚ ਆ ਜਾਂਦੀ ਹੈ, ਇਸੇ ਤਰ੍ਹਾਂ ਘਨ ਹਰ ਬੂੰਦ ਬਸੋ ਰੋਮ ਆਵਲ ਕਸਮ ਕੁਸਮ ਬਸੰਤ ਗਨ ਅੰਤ ਨਾ ਆਵੈ ਰਵ ਸਸ ਕਿਰਨ। ਰਵ ਸੂਰਜ ਅਤੇ ਸਸ ਚੰਦਰਮਾ ਦੀਆਂ ਕਿਰਨਾਂ, ਇਹਨਾਂ ਦੀ ਗਿਣਤੀ ਅਣਗਿਣਤ ਹੈ ਭਾਈ। ਇਹ ਪ੍ਰਕਾਸ਼ ਦੀ ਜਿਹੜੀ ਇਹ ਵੀ ਗਿਣਤੀ ਤੋਂ ਰਹਿਤ ਹੈ, ਵੀ ਕਿਰਨਾਂ ਕਿੰਨੀਆਂ ਕੈ ਸੂਰਜ ਦੀਆਂ ਰਿਸਮਾਂ, ਪਰ ਕੋਈ ਗਿਣ ਸਕਦਾ, ਗਿਣ ਦੇ ਹੋ ਸਕਦਾ। ਕਹਿੰਦੇ ਹਨੂੰਮਾਨ ਨੇ ਮੂੰਹ 'ਚ ਪਾਲਿਆ ਸੀ ਸੂਰਜ ਨੂੰ, ਵੀ ਇਸ ਵਾਸਤੇ ਵੀ ਇਹਨਾਂ ਚੀਜ਼ਾਂ ਦੀ ਕੋਈ ਗੱਲਬਾਤ ਕਿਰਿਆ ਜੀ ਮਾਪ ਦੇ ਤਾਂ ਕੋਈ ਮਾਪ ਦੇ ਮਹਾਰਾਜ ਕਹਿੰਦੇ ਭੱਟ ਜੀ ਕਹਿੰਦੇ ਭਾਈ, ਪਰ ਚੰਦਰਮਾ ਚੰਦਰਮਾ ਬਾਰੇ ਵੀ ਇਤਿਹਾਸ ਮਿਥਿਹਾਸ ਕਹਿੰਦਾ ਵੀ ਸਾਧੂਆਂ ਦਾ ਸਰਾਫਿਆ ਹੋਇਆ ਵੱਧਦਾ ਘੱਟਦਾ ਰਹੇਗਾ, ਜਿਸ ਕਰਕੇ ਇਹ ਵੀ ਉਹ ਭਾਈ ਗਿਣਤੀ ਦੇ ਅਧੀਨ ਆਉਣ ਕਰਕੇ, ਜਿਸ ਕਰਕੇ ਇਹਨਾਂ ਦੀ ਵੀ ਕੋਈ ਗਿਣਤੀ ਮਿਣਤੀ ਜੀ ਕਰ ਸਕਦਾ ਇਹਨਾਂ ਦੀਆਂ ਰਿਸਮਾਂ ਕਿਰਨਾਂ ਦੀ, ਕਿਉਂਕਿ ਵੱਧਦੇ ਘੱਟਦੇ ਰਹਿੰਦੇ ਹੈ। ਜਿਹੜੀ ਚੀਜ਼ ਵਾਧ ਘਾਟ ਵਿੱਚ ਆ ਜਾਂਦੀ ਹੈ ਉਹ ਚੀਜ਼ ਦੀ, ਹੁਣ ਜਿਵੇਂ ਚੰਦਰਮਾ ਤਾਂ ਹੀ ਹਰੇਕ ਪਹੁੰਚ ਗਿਆ, ਕਿਉਂ? ਜਿਹੜੀ ਚੀਜ਼ ਵਾਧ ਘਾਟ ਵਿੱਚ ਹੈ ਭਾਈ ਉਹਦੇ 'ਤੇ ਗਮ ਤਾਂ ਹੋ ਹੀ ਜਾਂਦੀ ਹੈ। ਰਵ ਸਸ ਕਿਰਨ ਉਧਰ ਸਾਗਰ ਕ ਸਮੁੰਦਰ ਦਾ ਪੇਟ, ਕਿੰਨਾ ਡੂੰਘਾ ਕਿੰਨਾ ਲੰਬਾ ਕੋਈ ਨਹੀਂ ਜਾਣਦਾ, ਪਰ ਕੋਈ ਜਾਣ ਜੇ ਗੰਗ ਤਰੰਗ ਅੰਤ ਕੋ ਪਾਵੇ। ਗੰਗਾ ਦੀਆਂ ਤਰੰਗ ਲਹਿਰਾਂ ਦਾ ਕੌਣ ਅੰਤ ਪਾ ਸਕਦਾ ਭਾਈ? ਹੋ ਸਕਦਾ ਕੋਈ ਪਾਲੇ? ਰੁਦਰ ਧਿਆਨ ਗਿਆਨ ਸਤਿਗੁਰ ਕੇ ਕਹਿਤਾ, 12 ਸਾਲ ਸਮਾਧੀ ਲੱਗਦੀ ਹੈ, ਪਰ ਗਿਆਨ ਸਤਿਗੁਰ ਕੇ ਕਵਜਨ ਭੱਲ ਉਨ੍ਹਾਂ ਜੋ ਗਾਵੈ। ਕਵੀ ਭੱਲਾ ਜਨ ਕਹਿੰਦੇ ਭਾਈ, ਕਵਜਨ ਭੱਲ ਉਨ੍ਹਾਂ ਜੋ ਗਾਵੈ। ਕੌਣ ਭਾਈ ਕਵੀ ਜਨ, ਕੌਣ ਕੋਈ ਐਸਾ ਜਿਹੜਾ ਭਾਈ ਸਤਿਗੁਰਾਂ ਦੀ ਮਹਿਮਾ ਗਾ ਜਾਵੇ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਹੇ ਭੱਲਿਆਂ ਦੀ ਕੁਲ ਸਤਿਗੁਰੂ ਅਮਰਦਾਸ ਮਹਾਰਾਜ, ਇਹਨਾਂ ਅਣਗਿਣਤ ਚੀਜ਼ਾਂ ਦੀ ਗਿਣਤੀ ਕਰ ਸਕਦਾ ਕੋਈ? ਹੋ ਸਕਦਾ, ਕੋਈ ਅਤ ਕਥਨੀ ਨਹੀਂ, ਪਰ ਆਪ ਜੀ ਦੇ ਗੁਣ, ਆਪ ਜੀ ਦੀਆਂ ਵਡਿਆਈਆਂ, ਮਹਾਰਾਜ ਆਪ ਜੀ ਦਾ ਜਸ, ਤੇਰੀ ਉਪਮਾ ਤੋਹੇ ਬਣਿਆ ਵੈ। ਆਪ ਜੀ ਦੀ ਵਡਿਆਈ ਤਾਂ ਆਪ ਜੀ ਨੂੰ ਹੀ ਬਣ ਆਉਂਦੀ ਹੈ, ਹੋਰ ਆਪ ਜੀ ਦੀ ਵਡਿਆਈ ਨਾ ਕੋਈ ਗਾ ਸਕਦਾ ਨਾ ਕਹਿ ਸਕਦਾ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਦੀਆਂ ਵਡਿਆਈਆਂ ਦਾ ਭਾਈ ਕੁਛ ਕਹਿਣ ਨਹੀਂ ਕਿਹਾ ਜਾ ਸਕਦਾ, ਐਸੀਆਂ ਅਗਿਣਤ ਵਡਿਆਈਆਂ ਦੇ ਦਾਤੇ ਦੁਨੀਆਂ ਨੂੰ ਤਾਰ ਰਹੇ ਹੈ ਸਤਿਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ। ਗੁਰੂ ਕੀਆਂ ਸੰਗਤਾਂ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀ ਹੈ। ਗੁਰੂ ਘਰ ਦੇ ਨਿੰਦਕ ਅਕਿਰਤ ਘਣਾ ਨੇ ਬਾਦਸ਼ਾਹ ਅਕਬਰ ਦੇ ਕੋਲ ਫਰਿਆਦ ਕੀਤੀ ਕਿ ਜੋ ਹਿੰਦ ਧਰਮ ਦੀ ਮਰਿਆਦਾ ਉਹ ਨਸ਼ਟ ਭ੍ਰਿਸ਼ਟ ਕਰ ਦਿੱਤੀ, ਆਪਣੀ ਬਾਣੀ ਆਪਣਾ ਜਾਪ ਆਪਣੀ ਮਰਿਆਦਾ ਸਾਰੀ ਇਹਨਾਂ ਦੀ, ਤਾਂ ਸੱਚੇ ਪਾਤਸ਼ਾਹ ਜੀ ਨੂੰ ਸੱਦ ਹੋਈ, ਪ੍ਰਵਾਨਾ ਪਹੁੰਚਿਆ ਕਿ ਆਓ ਜੀ ਦੱਸੋ ਇਹ ਫਰਿਆਦੀ ਹੋਇਆ ਖੱਤਰੀ ਅਤੇ ਬ੍ਰਾਹਮਣ ਤੁਹਾਡੇ 'ਤੇ? ਤਾਂ ਸੱਚੇ ਪਾਤਸ਼ਾਹ ਧੰਨ 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 ਸਾਹਿਬ ਸਤਿਗੁਰੂ ਅਰਜਨ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਭੇਜਿਆ,
ਸਰਬ ਤਰ੍ਹਾਂ ਯੋਗ ਜਾਣ ਕੇ ਅਤੇ ਨਾਲ ਵਡਿਆਈਆਂ ਦਿੱਤੀਆਂ। ਜਦੋਂ ਬੇਨਤੀ ਕੀਤੀ, ਮਹਾਰਾਜ ਮੈਂ ਕੀ ਸੁਣਾਵਾਂਗਾ, ਆਪ ਜੀ ਦੀ ਮਹਿਮਾ ਜਸ ਤੋਂ ਬਿਨਾਂ ਮੈਨੂੰ ਆਉਂਦੇ ਹੀ ਕੁਛ ਨਹੀਂ। ਪਾਤਸ਼ਾਹ ਕਹਿੰਦੇ ਤੂੰ ਇਉਂ ਕਰੀ ਰਾਮਦਾਸ ਜੀ, ਜਦੋਂ ਸਭਾ 'ਚ ਜਾਏਗਾ ਨਾ, ਜਦੋਂ ਤੈਨੂੰ ਕੋਈ ਪ੍ਰਸ਼ਨ ਕਰਨਗੇ, ਉਦੋਂ ਤੂੰ ਆਪਣੀ ਸੱਜੀ ਬਾਂਹ ਵੇਖ ਲਈ, ਸਾਰੀਆਂ ਵਿੱਦਿਆ ਫੁਰ ਹੋਣਗੀਆਂ। ਇਹ ਵਿਚਾਰੇ ਤਾਂ ਕੀ ਤੇਰੇ ਨਾਲ ਅੜਨਗੇ, ਜਿਹਨੇ ਵੇਦ ਰਚਿਆ ਨਾ ਬ੍ਰਹਮੇ ਨੇ, ਜਿਹਨੇ ਸ਼ਾਸਤਰ ਰਚੇ ਹੈ, ਸਿਮਰਤੀਆਂ ਰਚੀਆਂ, ਉਹਨਾਂ ਸ਼ਾਸਤਰਾਂ ਸਿਮਰਤਾਂ ਵੇਦਾਂ ਦੇ ਰਚਣ ਵਾਲੇ ਵੀ ਤੇਰੀ ਬਰਾਬਰੀ ਨਹੀਂ ਕਰ ਸਕਦੇ। ਐਸਾ ਸਮਰੱਥ ਗੁਰਦੇਵ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਪਹੁੰਚੇ ਹੈ ਸਭਾ ਦੇ ਵਿੱਚ, ਇਹਨਾਂ ਨੇ ਵਚਨ ਕੀਤਾ ਕਿ ਜਦੋਂ ਬਾਦਸ਼ਾਹ ਅਕਬਰ ਨੇ ਆਖਿਆ, ਕਹਿਣ ਲੱਗੇ ਹਾਂ ਭਾਈ ਹੁਣ ਦੱਸੋ ਆਪਣਾ ਦੁੱਖ ਜੋ ਤੁਹਾਨੂੰ ਹੈ, ਪੁਕਾਰੂ ਹੋਏ ਹੋਏ ਹੋ ਕਈ ਦਿਨਾਂ ਦੇ। ਇਹਨਾਂ ਨੇ ਦੱਸਿਆ, ਉੱਠ ਕੇ ਕਹਿਣ ਲੱਗੇ ਜੀ ਆਪਣੀ ਮਰਿਆਦਾ ਹੈ, ਆਪਣੀ ਬਾਣੀ ਹੈ, ਆਪਣਾ ਹੀ ਜਾਪ ਹੈ, ਪੁਰਾਤਨ ਮਰਿਆਦਾ ਨੂੰ ਕਿਸੇ ਨੂੰ ਨਹੀਂ ਮੰਨਦੇ। ਬਸ ਇੰਨੀ ਕਹਿਣ ਦੀ ਦੇਰ ਸੀ। ਕਹਿਣ ਲੱਗਾ ਹਾਂਜੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਪੁਕਾਰੂ ਹੋ ਕੇ ਆਏ ਆ ਆਪ ਜੀ 'ਤੇ? ਤਾਂ ਭਾਈ ਜੇਠਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਠੇ, ਫਿਰ ਕਹਿਣ ਲੱਗੇ ਹਾਂਜੀ ਜੋ ਇਹ ਆਖਦੇ ਆ ਵੀ ਗਾਇਤਰੀ ਨਹੀਂ ਪੜ੍ਹਦੇ, ਆਪਣੀ ਮਰਿਆਦਾ ਹੈ, ਉਹ ਆਪਣਾ ਪੱਖ ਪੇਸ਼ ਕੀਤਾ ਸਾਰਾ ਜੋ ਗੁਰਮਤਿ ਦਾ ਵਿਧੀ ਵਿਧਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਕੀ ਤੋਸ ਆਪਣਾ ਪੰਥ ਨਿਰਾਲਾ, ਨਿਰਾਲੇ ਪੰਥ ਦੀ ਮਰਿਆਦਾ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬੰਨ੍ਹੀ ਹੈ, ਜਿਹੜੀ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂਕਿਆ ਰੀਸ, ਅਤ ਨੀਚਾਂ ਦਾ ਸਾਥ ਦੇਣਾ, ਉਹਨਾਂ ਦੀ ਮਰੀ ਜ਼ਮੀਰ ਨੂੰ ਹਲੂਣ ਕੇ ਐਸੀ ਜਾਗਦੀ ਜ਼ਮੀਰ ਵਾਲੇ ਪੈ ਬਣਾਉਣੇ ਜਿਸ ਕਰਕੇ ਦੁਨੀਆਂ ਦੇ ਉੱਪਰ ਉਹ ਦੱਬੇ ਕੁਚਲੇ ਉਹ ਲੋਕ ਉਹ ਐਸੀ ਗੁਰਬਤ ਦੀ ਜ਼ਿੰਦਗੀ 'ਚੋਂ ਉੱਭਰ ਸਕਣ। ਕਿਉਂਕਿ ਇਹ ਜੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ, ਭਰਮੇ ਹੋਏ ਜੀਵਾਂ ਨੂੰ ਤਾਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਆਏ ਸੀ, ਸੰਸਾਰ ਦੀ ਭਟਕਣਾ ਭੁੱਲ ਹੀ ਮੇਟਣ ਵਾਸਤੇ ਆਏ ਸਨ, ਜਿਸ ਕਰਕੇ ਉਹੀ ਜੋਤ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲੱਟੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਦੀ ਵਡਿਆਈ ਸਤਿਗੁਰੂ ਰਾਮਦਾਸ ਭਾਈ ਜੇਠਾ ਜੀ ਸੁਣਾ ਰਹੇ ਨੇ ਸਭਾ ਦੇ ਵਿੱਚ ਕਿ ਬਾਦਸ਼ਾਹ ਗੁਰੂ ਨਾਨਕ ਦਾ ਦਰ ਹੈ, ਇਹਦੀ ਮਰਿਆਦਾ ਇਹ ਹੈ, ਐਸੀ ਮਰਿਆਦਾ ਤੁਰੀ ਆਉਂਦੀ ਆ ਉਦੋਂ ਤੋਂ ਲੈ ਕੇ ਪੁੱਛਦੇ ਆ ਰਹੇ ਹਾਂ। ਇਹਨਾਂ ਦੀ ਦਲੀਲ ਦੇ ਵਿੱਚ ਤਰਕ ਦੇ ਵਿੱਚ ਕੋਈ ਵਜਨ ਨਹੀਂ ਹੈ। ਉਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜੋ ਜੰਜੂ ਦੀ ਮਰਿਆਦਾ ਸੀ, ਪੰਗਤ ਦੀ ਮਰਿਆਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੰਨ੍ਹੀ ਜਿਸ ਤਰ੍ਹਾਂ, ਉਹ ਸਾਰੀ ਮਰਿਆਦਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੇਵਕ ਸਤਿਗੁਰੂ ਰਾਮਦਾਸ ਭਾਈ ਜੇਠਾ ਜੀ ਨੇ ਉੱਥੇ ਸਭਾ ਦੇ ਵਿੱਚ ਉਹਨਾਂ ਨਾਲ ਜਦੋਂ ਵਿਚਾਰੀ ਅਤੇ ਫਿਰ ਦੱਸਿਆ, ਲਓ ਜੀ ਮੂਲ ਮੰਤਰ ਜੋ ਇਹ ਆਖਦੇ ਆ ਕਿ ਆਪਣਾ ਜਾਪ ਜਪਦੇ ਹੈ, ਗਾਇਤਰੀ ਮੰਤਰ ਨਹੀਂ ਪੜ੍ਹਦੇ, ਅਰਥ ਨਹੀਂ ਜਾਣਦੇ, ਹਿੰਦੂ ਧਰਮ ਦੀ ਸਰਮੌਰ ਬਾਣੀ ਹੈ ਉਹ ਵੀ ਸੁਣਾ ਦਿੰਦੇ ਹੈ, ਆਪਣਾ ਸੱਜਾ ਜੋ ਬਾਂਹ ਹੈ ਉਸ ਵੱਲ ਵੇਖਿਆ, ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੀ। ਅਰ ਗੁਰੂ ਪਾਤਸ਼ਾਹ ਜੀ ਦੇ ਦਰ ਦੀ ਵਡਿਆਈ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਬ ਹੈ, ਰਿੱਧ ਵਸੈ ਵਾ ਵਾਂਗ ਜੋ ਤੀਨ ਲੋਕਾਂਤਰ ਮੂਹ ਹੈ, ਇਹ ਵਡਿਆਈ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਬਖਸ਼ ਕੇ ਭੇਜੀ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਕਵਲ ਵੀ ਹੈ ਇੱਕ, ਭਾਈ ਉੱਤਮ ਪੁਰਖਾਂ ਦੀ ਨਿਸ਼ਾਨੀ ਪਦਮ, ਇਹ ਮਹਾਂਪੁਰਖ ਦੇ ਲੱਛਣ ਹੁੰਦੇ ਹੈ। ਇਸੇ ਤਰ੍ਹਾਂ ਸਿੱਧ ਸਨਮੁਖ ਮੁਖ ਜੋਬ ਹੈ, ਜਿਹੜੀਆਂ ਸਿੱਧੀਆਂ ਇਹ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਹੀਏ, ਸਾਹਮਣੇ ਮਹਾਰਾਜ ਦਾ ਮੁੱਖ ਵੇਖਦੀਆਂ, ਸਾਹਮਣੇ ਉਹ ਮੁੱਖ ਵੇਖਦੀਆਂ ਕਿ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਕੀ 'ਤੇ ਪੈਂਦੀ ਹੈ, ਉਹ ਅਸਾਰਾ ਨਹੀਂ ਡੀਕਦੀਆਂ, ਉਹ ਇਹ ਦੇਖਦੀਆਂ ਵੀ ਸਤਿਗੁਰੂ ਰਾਮ ਅਮਰਦਾਸ ਪਾਤਸ਼ਾਹ ਜੀ ਕੀ 'ਤੇ ਦ੍ਰਿਸ਼ਟੀ ਪਾਉਂਦੇ ਹੈ, ਕਿਸ ਸਿੱਖ ਨੂੰ ਦੇਖ ਕੇ ਮਹਾਰਾਜ ਪਾਤਸ਼ਾਹ ਜੀ ਦਾ ਸੁੰਦਰ ਚਿਹਰਾ ਉਹ ਪ੍ਰਸੰਨ ਹੋ ਜਾਂਦਾ,
ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਦੀ ਵਰਖਾ ਹੋਣ ਲੱਗ ਜਾਂਦੀ ਹੈ। ਉਹ ਇਹ ਦ੍ਰਿਸ਼ਟੀ ਕਿਹੜੇ ਸਿੱਖ 'ਤੇ ਪੈਂਦੀ ਹੈ? ਜਿਹੜੇ ਸਿੱਖ 'ਤੇ ਪੈ ਜਾਂਦੀ ਹੈ ਉਹ ਦ੍ਰਿਸ਼ਟੀ ਇਹ ਸਿੱਧੀਆਂ ਉਸ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ, ਤਾਂ ਇਹ ਸਾਹਮਣਿਓਂ ਮੁੱਖ ਦੇਖ ਰਹੀਆਂ ਮਹਾਰਾਜ ਪਾਤਸ਼ਾਹ ਜੀ ਦਾ। ਰਿੱਧ ਵਸੈ ਬਾਂ ਵਾਂਗ, ਰਿੱਧੀਆਂ ਜਿਹੜੀਆਂ ਇਹ ਵਾਂ ਵਾਂਗ ਕਹੀਏ ਖੱਬੇ ਹੱਥ ਵੱਸਦੀਆਂ ਮਹਾਰਾਜ ਦੇ, ਪਾਤਸ਼ਾਹ ਜੀ ਦੇ ਨਾਲ ਨਾਲ ਖੱਬੇ ਹੱਥ, ਕਿ ਕਦੋਂ ਪਾਤਸ਼ਾਹ ਜੀ, ਕਦੋਂ ਪਾਤਸ਼ਾਹ ਜੀ ਵਡਿਆਈ ਬਖਸ਼ਦੇ ਆ ਕਿਸੇ ਨੂੰ, ਕਿਉਂਕਿ ਇੱਕ ਸਨਮੁੱਖ ਉਹ ਤਾਂ ਸਿੱਧੀਆਂ ਨੇ ਥਾਂ ਲੈ ਲਈ, ਬਾਂ ਵਾਂਗ ਦੂਸਰੇ ਬੰਨੇ ਖੜੀਆਂ ਰਿੱਧੀਆਂ, ਉਹ ਵੀ ਹਰ ਟਾਈਮ ਮਹਾਰਾਜ ਦੀ ਤਾਬਿਆ 'ਚ ਹੈ ਕਿ ਕਿਸ ਨੂੰ ਨਵਾਜਣਗੇ ਪਾਤਸ਼ਾਹ, ਸਾਨੂੰ ਵੀ ਸੇਵਾ ਦਾ ਟਾਈਮ ਮੌਕਾ ਮਿਲੇਗਾ, ਅਸੀਂ ਸਫਲ ਹੋ ਜਾਵਾਂਗੀਆਂ। ਅੱਜ ਤਾਂ ਹੀ ਦੁਨੀਆ ਨੇ ਸਾਥੋਂ ਨਾਟਕ ਚੇਟਕ ਕਰਵਾ ਕੇ ਆਪਣੇ ਉਦਰਤਾਂ ਪੂਰੇ ਹੈ, ਆਪਣੇ ਪਖੰਡ ਨੂੰ ਤਾਂ ਬੜਾਵਾ ਦਿੱਤਾ ਹੈ, ਪਰ ਉਪਕਾਰ ਜਿਸ ਪਰਮੇਸ਼ਵਰ ਨੇ ਜਿਸ ਵਾਸਤੇ ਅਸੀਂ ਸਾਜੀਆਂ ਸੀ ਉਹ ਕਰਮ ਅੱਜ ਤਾਈਂ ਇਹੋ ਜਿਹਾ ਉੱਤਮ ਪੁਰਖ ਕੋਈ ਨਹੀਂ ਹੋਇਆ ਜਿਹਨੇ ਉਹ ਕਰਮ ਕੀਤਾ ਹੋਵੇ ਜਿਸ ਕਰਕੇ ਅਸੀਂ ਸਾਜੀਆਂ ਸੀ ਅਤੇ ਅਸੀਂ ਸਫਲ ਹੋ ਜਾਂਦੀਆਂ। ਉਹ ਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਜਿਨ੍ਹਾਂ ਨੇ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੀ ਰਿੱਧ ਸਿੱਧ ਅਵਰਾ ਸਾਧ ਕਹਿ ਕੇ ਭਾਈ ਤਿਆਗ ਦਿੱਤਾ, ਪਰ ਇਹ ਗੁਰੂ ਦੀ ਰਜ਼ਾ ਵਿੱਚ ਹੋ ਕੇ ਅਤੇ ਮਾਨਵਤਾ ਦੀ ਸੇਵਾ ਅੰਦਰ ਡਟ ਗਈਆਂ, ਜਿਹੜੀ ਸੇਵਾ ਅੱਜ ਤੱਕ ਨਿਰੰਤਰ ਜਾਰੀ ਹੈ। ਜਿਵੇਂ ਲੰਗਰਾਂ ਦੇ ਵਿੱਚੋਂ ਲੰਗਰ ਨਾ ਮੁੱਕਣੇ, ਇਹ ਰਿੱਧੀਆਂ ਸਿੱਧੀਆਂ ਹੈ ਸੰਗਤ ਜੀ। ਗੁਰੂ ਰਾਮਦਾਸ ਦੇ ਦਰ 'ਤੇ ਦੁਨੀਆ ਆਈ ਜਾਂਦੀ ਹੈ, ਪੂਰਾਂ ਦੇ ਪੂਰ ਲੰਗਰ ਛੱਕ ਛੱਕ ਕੇ ਮੁੜੀ ਜਾਂਦੇ ਹੈ, ਕੀ ਵੱਸਦਾ ਭਾਈ? ਮਤਾਂ ਸੋਚਣਾ, ਅਸੀਂ ਕਣਕ ਭੇਜਦੇ ਹਾਂ ਉੱਥੇ, ਅਸੀਂ ਸੇਵਾ ਕਰਦੇ ਹਾਂ ਉੱਥੇ, ਉਹ ਸ਼ਕਤੀਆਂ ਵਰਤ ਰਹੀਆਂ ਜਿਹੜੀਆਂ ਉਹ ਕਿਸੇ ਨੂੰ ਖਾਲੀ ਨਹੀਂ ਮੁੜਨ ਦਿੰਦੀਆਂ। ਅਸੀਂ ਕਿਉਂ ਜਾਂਦੇ ਹਾਂ, ਅਸੀਂ ਕਿਉਂ ਸੇਵਾ ਕਰਦੇ ਹਾਂ? ਕਿਉਂਕਿ ਉਹ ਜਿਹੜੀਆਂ ਰਿੱਧੀਆਂ ਸਿੱਧੀਆਂ ਉਹ ਕਿਸੇ ਨੂੰ ਨਹੀਂ ਖਾਲੀ ਮੁੜਨ ਦਿੰਦੀਆਂ, ਉਹ ਸਭ ਦੀਆਂ ਝੋਲੀਆਂ ਭਰਦੀਆਂ। ਜਿਹਦੀਆਂ ਝੋਲੀਆਂ ਭਰਦੀਆਂ ਉਹ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦੇ ਹੈ, ਫਿਰ ਉਹ ਜਿਹੜੇ ਭਾਈ ਆਪਣੀਆਂ ਝੋਲੀਆਂ ਭਰ ਕੇ ਲੈ ਆਏ, ਉਹਨਾਂ ਨੂੰ ਜਿਨ੍ਹਾਂ ਨੇ ਵੇਖਿਆ ਉਹ ਵੀ ਉੱਥੋਂ ਝੋਲੀਆਂ ਭਰਨ ਵਾਸਤੇ ਜਾਂਦੇ ਆ, ਗੁਰੂ ਦਰ ਦੀ ਸੇਵਾ ਕਰਦੇ ਹੈ, ਲੰਗਰਾਂ ਦੀ ਸੇਵਾ ਕਰਦੇ ਹੈ। ਇਹ ਕਿਉਂ ਕਰਦੇ ਹੈ? ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ 'ਤੇ ਕਹਿੰਦੇ ਦੇਵੀ ਝਾੜੂ ਲਾਈ ਜਾਵੇ। ਸ਼ੰਕਾ ਜੀ ਆ ਗਈ ਮਨ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਦੇ, ਅੱਧੀ ਰਾਤ ਨੂੰ ਮਾਈ ਕੌਣ ਹੈ ਇੱਥੇ? ਅਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰੇਮੀਆਂ ਪੁੱਛ ਲੈ, ਕੱਲ੍ਹ ਨੂੰ ਤੂੰ ਸਿੱਖੀ ਸੇਵਕੀ ਕਮਾਉਣੀ ਹੈ। ਅਤੇ ਗੁਰੂ ਕਹਿੰਦੇ ਮਾਏ ਮੁੰਡੋ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਭਾਈ ਜੀ ਤੋਂ ਆਪਣੇ ਸੇਵਕ ਦਾ ਭਰਮ ਨਹੀਂ ਨਿਰਵਿਰਤ ਹੁੰਦਾ, ਉਹ ਗੁਰੂ ਦੀ ਮਾਂ ਦਾ ਤਾਂ ਭਗਤ ਕਬੀਰ ਜੀ ਕਹਿੰਦੇ ਸਿਰ ਮੁੰਨ ਦੇਣਾ ਚਾਹੀਦਾ। ਜਿਹਨੇ ਆਪਣੇ ਬੱਚੇ ਨੂੰ ਸਿੱਖਿਆ ਨਹੀਂ ਦਿੱਤੀ ਵੀ ਗੁਰੂ ਪਦਵੀ ਬਹੁਤ ਉੱਚੀ ਹੈ, ਗੁਰੂ ਦਾ ਮਤਲਬ ਹੈ ਗੋ ਅੰਧੇਰੇ ਵਿੱਚ ਰੂਹ ਪ੍ਰਕਾਸ਼ ਕਰ ਦੇਵੇ, ਦੁਨੀਆ ਨੂੰ ਨਰਕ ਵਰਗੀ ਜ਼ਿੰਦਗੀ 'ਚੋਂ ਕੱਢ ਕੇ ਸੁਰਗ ਵਰਗਾ ਜੀਵਨ ਦੇ ਦੇਵੇ, ਮਾਨਵਤਾ ਦਾ ਭਲਾ ਹੋਵੇ, ਗੁਰੂ ਦੀ ਮਰਿਆਦਾ ਹੁੰਦੀ ਹੈ। ਉਹ ਜਿਹੜੀ ਸਿੱਖਿਆ ਨਹੀਂ ਨਾ ਦਿੱਤੀ, ਪਰ ਜਿਹੜੀ ਗੁਰੂ ਨਾਨਕ ਦੇ ਦਰ ਤੋਂ ਨਵਾਜੀ ਬਖਸ਼ਿਸ਼ ਤੁਰੀ ਆ ਰਹੀ ਹੈ, ਜਿਹਨੇ ਸਰਬੱਤ ਦਾ ਭਲਾ ਕੀਤਾ, ਸਰਬੱਤ ਦਾ ਭਲਾ ਹੋ ਰਿਹਾ, ਉਹ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ 'ਤੇ ਵਰਤਦੀਆਂ, ਗੁਰੂ ਅੰਗਦ ਦੇ ਮਹਾਰਾਜ ਦੇ ਦਰ 'ਤੇ ਵਰਤਦੀਆਂ ਰਹੀਆਂ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ 'ਤੇ ਵਰਤਦੀਆਂ ਰਹੀਆਂ। ਸੰਗਤਾਂ ਝੋਲੀਆਂ ਭਰ ਭਰ ਲੈ ਜਾਂਦੀਆਂ, ਉਹੀ ਮਰਿਆਦਾ, ਉਹੀ ਸੁੱਖ, ਉਹੀ ਸ਼ਕਤੀ, ਉਹੀ ਸਿੱਧੀ ਰਿੱਧੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਵਿੱਚ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਤਾਬਿਆ ਹੋ ਗਈ। ਜਦੋਂ ਵੇਖਿਆ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਰੀਆਂ ਵਿੱਦਿਆ ਫੁਰ ਆਈਆਂ, ਫਿਰ ਸਾਰੀ ਸਭਾ ਨਿਰੁੱਤਰ ਕੀਤੀ, ਕਿਸੇ ਨੂੰ ਕੋਈ ਜਵਾਬ ਨਹੀਂ ਆਇਆ, ਉੱਥੋਂ ਹੀ ਉੱਠ ਕੇ ਚਲੇ ਗਏ। ਫਿਰ ਬਾਦਸ਼ਾਹ ਅਕਬਰ ਨੇ ਹੱਥ ਜੁੜ ਕੇ ਆਖਿਆ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮੇਰੇ ਵੱਲੋਂ ਚਰਨਾਂ 'ਤੇ ਸੀਸ ਰੱਖ ਕੇ ਬੇਨਤੀ ਕਰਨੀ, ਮਹਾਰਾਜ ਇਹਨਾਂ ਦੀ ਮੱਤ ਮਾੜੀ ਹੈ, ਵਿਚਾਰਿਆਂ ਦੀ ਛੋਟੀ ਮੱਤ ਹੈ, ਵੱਡਿਆਂ ਦੀ ਵੱਡੀ ਰੀਤ ਮਰਿਆਦਾ ਹੁੰਦੀ ਹੈ, ਇਹਨਾਂ ਦਾ ਭਲਾ ਕਰਨ, ਆਪਣਾ ਜਸ ਪ੍ਰਚਾਰਨ, ਜਿਸ ਕਰਕੇ ਇਹਨਾਂ ਨੂੰ ਸੋਝੀ ਹੋਵੇ ਗੁਰੂ ਮੱਤ ਦੀ, ਇਹਨਾਂ ਵਿਚਾਰਿਆਂ ਦਾ ਭਲਾ ਹੋ ਜਾਵੇ, ਇਹ ਗੁਰੂ ਮੱਤ ਤੋਂ ਵਾਂਝੇ ਨਾ ਰਹਿ ਜਾਣ, ਇਹ ਬੇਨਤੀ ਬਾਦਸ਼ਾਹ ਅਕਬਰ ਨੇ ਕੀਤੀ ਹੈ। ਜਿਵੇਂ
ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਘਰ ਦੀ ਵਡਿਆਈ ਪ੍ਰਕਾਸ਼ ਕੇ ਵਾਪਸ ਆ ਰਹੇ ਹੈ। ਉਹ ਸਾਰੀ ਜੋ ਅੱਗੇ ਆ ਰਹੀ ਹੈ ਕਥਾ ਆਪਾਂ ਮਨ ਵਿਰਤੀਆਂ ਇਕਾਗਰ ਕਰ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ, ਰੱਬ ਬਜ਼ਾਰ ਮਹਿ ਪਹੁੰਚੇ ਜਾਏ। ਇਸ ਤਰ੍ਹਾਂ ਧੰਨ 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 ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਦੀਆਂ ਬਖਸ਼ਿਸ਼ਾਂ ਦਾ ਬਾਦਸ਼ਾਹ ਦੀ ਸਭਾ ਦੇ ਵਿੱਚ ਉਹ ਵਡਿਆਈਆਂ ਦਿਖਾ ਕੇ ਗੁਰੂ ਨਾਨਕ ਦੇ ਦਰ ਦੀਆਂ, ਅਤੇ ਬਾਦਸ਼ਾਹ ਨੇ ਜੋ ਬੇਨਤੀ ਕੀਤੀ ਕਿ ਮੇਰੇ ਵੱਲੋਂ ਬੇਨਤੀ ਕੀਤੀ ਸਮੁੱਚੀ ਮਾਨਵਤਾ ਦਾ ਭਲਾ ਕਰਨ ਸੱਚੇ ਪਾਤਸ਼ਾਹ, ਅਤੇ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਅੰਦਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਵਾਪਸ ਚੱਲੇ, ਰਾਤਰੀ ਆਪਣੇ ਘਰ ਰਹੇ, ਅੰਮ੍ਰਿਤ ਵੇਲਾ ਹੋਇਆ, ਸੰਭਾਲਣ ਤੋਂ ਬਾਅਦ ਚਾਲੇ ਪਾ ਦਿੱਤੇ ਹੈ ਗੋਇੰਦਵਾਲ ਸਾਹਿਬ ਨੂੰ। ਜਦੋਂ ਚੱਲ ਕੇ ਬਾਜ਼ਾਰ ਵਿੱਚ ਪਹੁੰਚੇ ਲਾਹੌਰ ਦੇ, ਉੱਥੇ ਬੜੇ ਬੇਸਕੀਮ ਤੇ ਬੜੇ ਸੁੰਦਰ ਵਸਤਰ ਵੇਚ ਰਿਹਾ ਕੋਈ ਭਾਈ, ਅਤ ਸੁੰਦਰ ਕੋ ਦੇਖਣ ਲਾਗੇ। ਜਦੋਂ ਬਹੁਤੇ ਸੁੰਦਰ ਵਸਤਰ ਦੇਖੇ ਨਾ, ਰੰਗ ਬੜਾ ਸੁੰਦਰ, ਔਰ ਦੇਖਣ ਨੂੰ ਮਨ ਦੇ ਵਿੱਚ ਆਇਆ ਵੀ ਸੱਚੇ ਪਾਤਸ਼ਾਹ ਜੀ ਦੇ ਪਹਿਨੇ ਇਹ ਕਿੰਨੇ ਫਵਣਗੇ, ਕਿੰਨੇ ਸੁੰਦਰ ਲੱਗਣਗੇ। ਐਦਾਂ ਮਨ ਦੀ ਰੀਝ ਜਾਗ ਪਈ ਸਤਿਗੁਰੂ ਰਾਮਦਾਸ ਭਾਈ ਜੇਠਾ ਜੀ ਅੰਦਰ, ਅਤੇ ਚਿਤਵੇ ਲਾਗੇ ਆਪਣੇ ਹਿਰਦੇ ਵਿੱਚ ਚਿਤਵਿਆ ਕਿ ਇਹ ਸਤਿਗੁਰਾਂ ਦੇ ਉਚਿਤ ਹੈ, ਇਹ ਯੋਗ ਹੈ। ਆਹ ਜਿਹੜਾ ਵਸਤਰ ਹੈ ਨਾ, ਇਹ ਤਾਂ ਸਤਿਗੁਰਾਂ ਦੇ ਯੋਗ ਹੈ। ਘਰ ਕੋ ਵਸਤਰ ਹੋਏ ਕਿਸ ਕੇਰਾ, ਜਿਸ ਕਰਕੇ ਇਸ ਵਸਤਰ ਦਾ ਕਿਤੇ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਚੋਲਾ ਬਣ ਜਾਵੇ, ਕਿਤੇ ਇਹ ਵਸਤਰ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਨਣ, ਇਹ ਉੱਪਰ ਕੋ ਬਨਹਿ ਵਡੇਰਾ, ਅਤੇ ਜਿਹੜਾ ਆਹ ਵਸਤਰ ਹੈ ਇਹ ਵਸਤਰ ਦਾ ਮਹਾਰਾਜ ਪਾਤਸ਼ਾਹ ਜੀ ਦੇ ਉੱਪਰਲਾ ਜੋ ਦਸਾਲਾ ਚਾਦਰਾ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਉਹ ਮਹਾਰਾਜ ਦਾ ਹਜੂਰੀਆ ਕਹਿ ਲਓ ਆਪਾਂ, ਇਹ ਉੱਪਰਲਾ ਬਣ ਜਾਵੇ ਮਹਾਰਾਜ ਪਾਤਸ਼ਾਹ ਜੀ ਦੇ ਹਜੂਰੀਏ ਦੀ ਥਾਂ। ਨਹੀਂ ਮੋਲ ਜੋ ਦੇ, ਪਰ ਧਨ ਢਿੱਗ ਨਹੀਂ, ਮਾਇਆ ਨਹੀਂ ਹੈ ਕੋਲ, ਜਿਸ ਕਰਕੇ ਉਹਦਾ ਮੁੱਲ ਦੇ ਦਿੰਦੇ ਉਸ ਵਸਤਰ ਦਾ, ਜਿਸ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਵਾਸਤੇ ਵਸਤਰ ਬਣਾ ਲੈਂਦੇ। ਗੁਰ ਕੇ ਉਚਿਤ ਜਾਣ, ਜਾਣ ਕੇ ਵੀ ਇਹ ਗੁਰੂ ਪਾਤਸ਼ਾਹ ਜੀ ਦੇ ਯੋਗ ਹੈ। ਉਹ ਕੱਪੜੇ ਨੂੰ ਹੱਥ ਵਿੱਚ ਫੜਿਆ ਇੱਦਾਂ ਵੇਖ ਰਹੇ ਹੈ, ਮਨ ਨਹੀਂ ਕਰਦਾ ਵੀ ਇਹ ਕੱਪੜਾ ਛੱਡ ਜਾਈਏ, ਪਰ ਮਾਇਆ ਕੋਲ ਨਹੀਂ ਹੈ, ਰੀਝ ਆਈ ਹੋਈ ਹੈ, ਬਸ ਛੱਡਦੇ ਵੀ ਨਹੀਂ ਉਹ ਕੱਪੜਾ, ਮੁੜ ਮੁੜ ਕੇ ਕਿਤੇ ਸਿੱਧਾ ਕਰਕੇ ਦੇਖਦੇ, ਕਿਤੇ ਕਿਵੇਂ ਕਰਕੇ ਦੇਖਦੇ ਵੀ ਇਹ ਮਹਾਰਾਜ ਦਾ ਚੋਲਾ ਬਣਿਆ ਹੋਵੇ, ਕਿਤੇ ਆਹ ਮਹਾਰਾਜ ਪਾਤਸ਼ਾਹ ਜੀ ਦੇ ਉੱਪਰ ਗਲ ਵਾਲਾ ਹਜੂਰੀਆ ਹੋ ਜਾਏ, ਕਿੰਨਾ ਫਵੇਗਾ ਸਤਿਗੁਰੂ ਜੀ ਦੇ, ਛੱਡ ਨਹੀਂ ਰਹੇ ਉਹ ਵਸਤਰ ਨੂੰ। ਕਰੋ ਰਹੇ ਹਿਰਦੇ ਮਹਿ ਜਜੈ, ਫਿਰ ਖੜੇ ਰਹੇ ਖੜੇ ਰਹੇ ਉੱਥੇ, ਕੱਪੜਾ ਫੜ ਕੇ ਵੇਖੀ ਗਏ ਵੇਖੀ ਗਏ, ਮਨ ਮਹਿ ਜਜੈ, ਫਿਰ ਮਨ ਵਿੱਚ ਇਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠੇ ਦੇ ਰੂਪ ਅੰਦਰ ਜਜੈ ਕਹੀਏ ਅਰਪਣ ਲਾਗੇ ਕਿ ਹੇ ਸੱਚੇ ਪਾਤਸ਼ਾਹ ਜੀ, ਬਸ ਇਹ ਵਸਤਰ ਆਪ ਜੀ ਪਹਿਣ ਲਓ ਮਹਾਰਾਜ, ਹੁਣ ਭਾਵਨਾ ਬਣੀ ਹੈ, ਇਸ ਤਰ੍ਹਾਂ ਮਨ ਦੇ ਵਿੱਚ ਫੁਰਨਾ ਕਰ ਲਿਆ। ਮਨ ਕਰ ਵਸਤਰ ਸੀਵ ਤੋਂ ਖਰਿਓ, ਮਨ ਕਰਕੇ ਹੀ ਵੀ ਫਲਾਨੇ ਦਰਜੀ ਤੋਂ ਸਵਾਈਏ ਵਸਤਰ ਬੜਾ ਸੁੰਦਰ, ਇਸ ਤਰ੍ਹਾਂ ਮਨ ਕਰਕੇ ਹੀ ਉਹ ਸੁੰਦਰ ਚੋਲਾ ਤਿਆਰ ਕਰਵਾ ਲਿਆ, ਫਿਰ ਉਹ ਆਪਣੇ ਮਨ ਕਰਕੇ ਹੀ ਵੀ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਪਹਿਨਣੇ ਚੋਲੇ ਨੂੰ, ਇਸ ਤਰ੍ਹਾਂ ਮਨ ਕਰਕੇ ਉਹ ਸੁੰਦਰ ਚੋਲਾ ਸਤਿਗੁਰੂ ਜੀ ਨੂੰ ਪਹਿਨਾਉਣਾ ਕੀਤਾ। ਫਿਰ ਉੱਪਰਲਾ ਜਿਹੜਾ ਵਸਤਰ ਸੀ ਇਹ ਮਨ ਹੀ ਕੀਤਾ ਵੀ ਇਹ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਪਿਆ, ਅਤੇ ਮਹਾਰਾਜ ਨੇ ਉਹ ਵਸਤਰ ਆਪਣੇ ਸਰੀਰ ਦੇ ਉੱਪਰ ਜੋ ਚਾਦਰੇ ਦੀ ਥਾਂ ਉਹ ਚੋਲੇ ਦੇ ਉੱਪਰ ਆਪਣੇ ਸਰੀਰ ਦੇ ਉੱਪਰ ਪਹਿਨ ਲਿਆ ਹੈ। ਗੁਰੂ ਧਿਆਨ ਸੋ ਧਾਰ ਹੈ, ਇਸ ਤਰ੍ਹਾਂ ਮਨ ਵਿੱਚ ਧਿਆਨ ਧਾਰ ਕੇ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪਾਵਨ ਚੋਲਾ ਅਤੇ ਉਹ ਉੱਪਰਲਾ ਵਸਤਰ ਪਹਿਨਾ ਰਹੇ ਹੈ। ਇਧਰੋਂ ਗੋਬਿੰਦ ਭਾਉ ਭਗਤ ਦਾ ਭੁੱਖਾ, ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਏਕ ਵਾਰ ਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਵਾਰੰਬਾਰ ਗੁਰ ਹੇਤ ਹੈ। ਕਹਿੰਦੇ ਜਿਹੜਾ ਇੱਕ ਵਾਰੀ ਗੁਰੂ ਪਾਤਸ਼ਾਹ ਨੂੰ ਚੇਤੇ ਕਰਦਾ,
ਗੁਰੂ ਪਾਤਸ਼ਾਹ ਜੀ ਦਾ ਬਖਸ਼ਿਆ ਨਾਮ ਚੇਤੇ ਕਰਦਾ ਹੈ। ਕਹਿੰਦੇ ਗੁਰੂ ਪਾਤਸ਼ਾਹ ਨੂੰ ਵਾਰੰਵਾਰ ਸਿਮਰਨ, ਮੁੜ ਮੁੜ ਕੇ ਸਿਮਰਦੇ ਹੈ। ਉਹ ਧੰਨ ਸਿੱਖਾ, ਉਹ ਧੰਨ ਸਿੱਖਾ ਮੁੜ ਮੁੜ ਕੇ ਚੇਤੇ ਕਰਦੇ ਹੈ। ਹੁਣ ਇਹ ਭਾਵਨਾ ਹੈ ਸੰਗਤ ਜੀ, ਭਾਵਨਾ ਹੈ ਇਹ। ਭਾਵਨਾ ਦੇ ਨਾਲ ਭਾਵੋਂ ਹੀ ਵਿਦਤੇ ਦੇਵਾ। ਅੰਮ੍ਰਿਤ ਗੁਰਬਾਣੀ ਅੰਦਰ ਕਹਿੰਦੇ ਹਉ ਵੀ ਮੁੱਖ ਨਾ ਜੂਠਾ ਲਸਾਂ, ਮੈਂ ਵੀ ਨਹੀਂ ਮੂੰਹ ਜੂਠਾ ਕਰਨਾ ਜਿੰਨਾ ਚਿਰ ਲੰਗਰ ਨਹੀਂ ਛਕਦੇ। ਕਹਿੰਦੇ ਧੰਨੇ ਭਗਤ ਨੂੰ ਭੋਲੇ ਪਾਏ ਮਿਲੇ ਰਗੁਰਾਇਆ, ਉਹ ਭੋਲੇ ਪਾ ਕਰਕੇ ਵਾਹਿਗੁਰੂ ਪ੍ਰਗਟ ਹੋ ਕੇ ਮਿਲੇ, ਸਾਖਿਆਤ ਹੋ ਕੇ ਮਿਲੇ, ਇੱਕ ਪੱਥਰ ਦੇ ਵਿੱਚੋਂ ਪ੍ਰਗਟ ਹੋ ਗਏ, ਉਹਦਾ ਲੰਗਰ ਪ੍ਰਸਾਦ ਪਾਣੀ ਛਕਿਆ। ਵਾਹਿਗੁਰੂ ਕਿੱਥੇ ਨਹੀਂ ਵਿਆਪਕ ਭਾਈ, ਜਰੜੇ ਜਰੜੇ ਕਣ ਕਣ ਵਿੱਚ ਮੌਜੂਦ ਹੈ। ਪੁਰਾਣ ਪ੍ਰਾਤਨ ਸਾਖੀਆਂ ਗਵਾਹੀ ਭਰਦੀਆਂ, ਜਿਨ੍ਹਾਂ ਦੀ ਗਵਾਹੀ ਅੰਮ੍ਰਿਤ ਗੁਰਬਾਣੀ ਅੰਦਰ ਵੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਗੁਰਬਾਣੀ ਅੰਦਰ ਵੀ ਬੇਅੰਤ ਥਾਈ ਜ਼ਿਕਰ ਵੀ ਵਾਹਿਗੁਰੂ ਪ੍ਰਗਟ ਹੋ ਗਏ ਭਾਈ, ਪਾ ਇੱਕ ਪੱਥਰ ਦੇ ਵਿੱਚੋਂ ਫਿਰ ਪਾੜ ਦਿੱਤਾ ਹਰਨਾਕਸ਼ ਨੂੰ, ਨੌਹਾਂ ਨਾ ਉਬਾਰ ਲਿਆ ਆਪਣੇ ਪ੍ਰਹਿਲਾਦ ਨੂੰ। ਇੱਦਾਂ ਭਾਈ ਇਹ ਜਿਹੜੀਆਂ ਬਖਸ਼ਿਸ਼ਾਂ ਹੈ ਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਜੋ ਕੋਈ ਭਾਵਨਾ ਰੱਖਦਾ, ਭਾਵਨਾ ਰੱਖੀ ਮਨ ਦੇ ਵਿੱਚ, ਧੰਨੇ ਨੇ ਪੱਥਰ 'ਚੋਂ ਪ੍ਰਗਟ ਹੋ ਗਏ, ਵਾਹਿਗੁਰੂ ਕਿੱਥੇ ਨਹੀਂ ਵਿਆਪਕ, ਉਹ ਤਾਂ ਹਰ ਜਗ੍ਹਾ 'ਤੇ ਹੈ। ਇਸ ਵਾਸਤੇ ਭੰਨਣ ਘੜਨ ਸਮਰੱਥ ਹੈ, ਜਿਸ ਕਰਕੇ ਜਿਹੜੀ ਭਾਵਨਾ ਬਣੀ ਹੈ ਮਨ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਿ ਇਹ ਵਸਤਰ ਮਹਾਰਾਜ ਪਹਿਨਣ, ਅਤੇ ਇਧਰੋਂ ਸੱਚੇ ਪਾਤਸ਼ਾਹ ਜੀ ਭਾਵਨਾ ਜਾਣ ਗਏ, ਭੁੱਖੇ ਹੀ ਭਾਵਨਾ ਦੇ ਆ, ਭੁੱਖੇ ਹੀ ਪ੍ਰੇਮ ਦੇ ਆ। ਸ੍ਰੀ ਗੁਰ ਪਹਿਰ ਹੈ ਅੰਗ ਹਿਲਾਓ। ਇਧਰੋਂ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬੈਠੇ ਆ ਗੋਇੰਦਵਾਲ ਸਾਹਿਬ, ਇਸ ਤਰ੍ਹਾਂ ਸੁਸ਼ੋਭਿਤ ਹੈ ਮਹਾਰਾਜ। ਅਰ ਪਾਤਸ਼ਾਹ ਜੀ ਉਹ ਉਵੇਂ ਜਿਕਰ ਜਿਵੇਂ ਵਸਤਰ ਪਹਿਣਦੇ ਆ, ਪਹਿਲਾਂ ਇੱਧਰੋਂ ਪਾਤਸ਼ਾਹ ਜੀ ਨੇ ਬਾਂਹ ਵਿੱਚ ਪਾਇਆ, ਫਿਰ ਇੱਧਰਲੇ ਪਾਸਿਓਂ ਉਹ ਬਾਂਹ ਪਾ ਕੇ, ਫਿਰ ਮਹਾਰਾਜ ਪਾਤਸ਼ਾਹ ਜੀ ਨੇ ਉਹ ਤਣੀਆਂ ਸੀ ਜੋ ਜਿਵੇਂ ਚੋਲਾ ਪਹਿਨੀ ਦਾ ਨਾ, ਉਹ ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੇ ਪਹਿਨਣਾ ਕੀਤਾ। ਕਦੇ ਮਹਾਰਾਜ ਹੱਥ ਉੱਚਾ ਕਰਕੇ ਇਸ ਤਰ੍ਹਾਂ ਬਾਹਾਂ ਕਰਦੇ ਵੀ, ਉਹ ਸਾਰੀ ਮਰਯਾਦਾ ਜਿਹੜੀ ਚੋਲਾ ਸੈੱਟ ਕਰਨ ਦੀ ਮਹਾਰਾਜ ਪਾਤਸ਼ਾਹ ਜੀ ਨੇ ਉਵੇਂ ਕੀਤੀ ਆ ਗੋਇੰਦਵਾਲ ਸਾਹਿਬ। ਤਦੋਂ ਫਿਰ ਇੱਕ ਚੋਲੇ ਦੀਆਂ ਪੁਰਾਤਨ ਚੋਲੇ ਜਿਹੜੇ ਨਿਹੰਗ ਸਿੰਘਾਂ ਦੀ ਬਾਣਾ ਹੁੰਦਾ ਨਾ, ਉਹਦੇ ਇੱਕ ਤਣੀ ਲੱਗੀ ਹੁੰਦੀ ਹੈ ਅਤੇ ਉਹ ਤਣੀ ਕਸੀ ਜਾਂਦੀ ਹੈ, ਅਤੇ ਕਦੇ ਮਹਾਰਾਜ ਪਾਤਸ਼ਾਹ ਜੀ ਤਣੀ ਨੂੰ ਕੱਸ ਰਹੇ ਆ। ਇਸ ਤਰ੍ਹਾਂ ਸੰਗਤਾਂ ਵੇਖ ਰਹੀਆਂ ਕੌਤਕ, ਤੇ ਮਹਾਰਾਜ ਪਾਤਸ਼ਾਹ ਜੀ ਇੱਧਰ ਉੱਧਰ ਉੱਠ ਕੇ ਨਾ, ਇੱਧਰ ਉੱਧਰ ਉੱਠ ਕੇ ਇਸ ਤਰ੍ਹਾਂ ਕਰ ਕਰਕੇ ਵੇਖਦੇ ਹੈ। ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਉਹ ਜਿਵੇਂ ਵਸਤਰ ਦੀ ਵੀ ਕਿਸੇ ਨੂੰ ਆਪਾਂ ਵਿਖਾਉਣੇ ਆ ਨਾ ਵੀ ਠੀਕ ਲੱਗਦਾ ਵਸਤਰ ਇਹ, ਇੱਦਾਂ ਮਹਾਰਾਜ ਪਾਤਸ਼ਾਹ ਜੀ ਆਪਣੇ ਸੇਵਕ ਦੀ ਰੀਝ ਨਾਲ ਭਾਵਨਾ ਪੂਰੀ ਕਰ ਰਹੇ ਹੈ। ਇਹ ਇੱਦਾਂ ਭਾਈ ਮਾਣ ਰੱਖਦੇ ਆ ਆਪਣੇ ਸਿੱਖ ਦਾ, ਜੇ ਕੋਈ ਨਾ ਇੱਦਾਂ ਪਰਦਾ ਰੱਖਦੇ ਆ ਇੱਦਾਂ ਮਾਣ ਰੱਖਦੇ ਹੈ, ਜੇ ਕੋਈ ਇੱਦਾਂ ਵੀ ਅਰਦਾਸ ਕਰ ਦੇਵੇ ਨਾ ਇੱਦਾਂ ਵੀ ਵਡਿਆਈ ਬਖਸ਼ ਦਿੰਦੇ ਆ ਮਹਾਰਾਜ। ਇਹ ਦਿਆਲੂ ਦਾ ਦਰ ਹੈ ਭਾਈ, ਇਹ ਗਰੀਬ ਨਵਾਜ ਦਾ ਦਰ ਹੈ, ਗਰੀਬ ਨਵਾਜ ਜਿਹੜਾ ਦਰ ਨਵਾਜਦਾ ਹੀ ਗਰੀਬ ਨੂੰ ਹੈ। ਆਹ ਦੇਖੋ ਪਾਤਸ਼ਾਹ ਜੀ ਦੇ ਕੋਲ ਮਾਇਆ ਨਹੀਂ ਹੈ, ਪਰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਆਈਆਂ ਸੰਗਤਾਂ ਜਿਹੜੀਆਂ ਬੈਠੀਆਂ, ਮਹਾਰਾਜ ਪਾਤਸ਼ਾਹ ਜੀ ਨੇ ਕੋਈ ਨਹੀਂ ਕਿਸੇ ਦੀ ਪਰਵਾਹ ਕੀਤੀ। ਪਹਿਲਾਂ ਪਾਤਸ਼ਾਹ ਜੀ ਨੇ ਵਸਤਰ ਪਹਿਨਿਆ, ਫਿਰ ਮਹਾਰਾਜ ਪਾਤਸ਼ਾਹ ਜੀ ਨੇ ਉਹ ਉਸ ਤਰ੍ਹਾਂ ਭਾਈ ਸਾਰਾ ਉਸ ਤਰ੍ਹਾਂ ਫਿਰ ਕੇ ਚੋਲਾ ਇਸ ਤਰ੍ਹਾਂ ਮਹਾਰਾਜ ਨੇ ਸਵਾਰ ਸਵਾਰ ਕੇ ਦੇਖਿਆ। ਬੈਠੇ ਸ੍ਰੀ ਸਤਿਗੁਰ ਬਿਨ ਕਾਰਨ, ਬੈਠੇ ਆ ਸਤਿਗੁਰੂ ਜੀ ਬੈਠੇ ਬੈਠੇ ਬਿਨਾਂ ਕਿਸੇ ਕਾਰਨ ਤੋਂ ਗੱਲਬਾਤ ਤੋਂ। ਇਹ ਤਾਂ ਉਹ ਤਨ ਕਰ ਇੱਧਰ ਉੱਧਰ ਮਹਾਰਾਜ ਆਏ ਕੁਝ ਤਨ ਕਰ ਹੁੰਦਾ ਵੀ ਸਿੱਧੀ ਕਰਕੇ ਬਾਂਹ, ਇੱਦਾਂ ਸਿੱਧੀ ਕਰਕੇ ਬਾਂਹ, ਮਹਾਰਾਜ ਬਾਂਹ ਫਲਾ ਖਲਾ ਕੇ ਇਸ ਤਰ੍ਹਾਂ ਵਸਤਰ ਸਿੱਧਾ ਕਰ ਰਹੇ ਹੈ। ਤੇ ਸੰਗਤਾਂ ਵੇਖ ਰਹੀਆਂ ਵੀ ਮਹਾਰਾਜ ਪਾਤਸ਼ਾਹ ਜੀ ਨੂੰ ਕੀ ਹੋ ਗਿਆ, ਚੰਗੇ ਭਲੇ ਬੈਠੇ ਬਚਨ ਸੁਣਾ ਰਹੇ ਸੀ ਪਾਤਸ਼ਾਹ ਜੀ, ਇੱਕੇਦਮ ਇਸ ਤਰ੍ਹਾਂ ਦੀ ਮਰਯਾਦਾ ਜਿਵੇਂ ਵਸਤਰ ਪਹਿਣ ਰਹੇ ਹੁੰਦੇ ਆ, ਉਹ ਸਾਰੀ ਮਰਯਾਦਾ ਵੇਖ ਕੇ ਸੰਗਤਾਂ ਬੜੀਆਂ ਹੈਰਾਨ ਜੀਆਂ, ਪਰ ਚੁੱਪ ਹੈ। ਬੱਲੂ ਹਜੂਰੀਆ ਸਿੱਖ ਸੀ, ਮਹਾਰਾਜ ਪਾਤਸ਼ਾਹ ਜੀ ਦੇ ਨੇੜੇ ਰਹਿੰਦਾ ਸੀ। ਫਿਰ ਬੱਲੂ ਨੇ ਜਾਣਿਆ ਵੀ ਮਹਾਰਾਜ ਵੀ ਸੰਗਤ ਹੈਰਾਨ ਹੈ, ਸਾਰੀ ਵੇਖ ਰਹੇ ਆ ਵੀ ਮਹਾਰਾਜ ਕੀ ਕਰ ਰਹੇ ਹੈ। ਸੰਗਤ
ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਜਣਾਉਣ ਵਾਸਤੇ ਹੱਥ ਜੋੜਦੇ ਕਹਿਣ ਲੱਗੇ, ਭਾਈ ਬੱਲੂ ਜੀ ਹੇ ਪਾਤਸ਼ਾਹ ਜੀ, ਆਹ ਜਿਹੜੀਆਂ ਸਾਰੀਆਂ ਸੰਗਤਾਂ ਇਹਨਾਂ ਦੇ ਮਨ 'ਚ ਸੰਖਾ ਜਿਹਾ ਪੈ ਗਿਆ ਵੀ ਮਹਾਰਾਜ ਇਹ ਕੀ ਕਰੀ ਜਾਂਦੇ ਹੈ, ਇਸ ਵਾਸਤੇ ਸੰਕੇ 'ਚ ਹੋ ਗਈਆਂ ਸਾਰੀਆਂ ਸੰਗਤਾਂ। ਹੇ ਮਹਾਰਾਜ, ਅਸੀਂ ਹੌਲੇ ਹਾਂ, ਥੋੜ੍ਹਾ ਜਿਹਾ ਸੰਕਾ ਸੇਤੀ ਕਰ ਜਾਂਦੇ ਹਾਂ, ਕਿਰਪਾ ਕਰਕੇ ਹੁਣੀ ਨਿਰਵਿਰਤ ਕਰ ਦਿਓ। ਮਹਾਰਾਜ ਨੇ ਬਾਤ ਦੀਆਂ ਇਹ ਵਤੰਗੜ ਬਣਾ ਦੇਣਗੇ, ਪਰ ਉਹ ਤਾਂ ਭਾਵਨਾ ਵਾਲੇ ਹੁੰਦੇ ਸੀ ਸਾਰੇ ਭਾਈ, ਇਹ ਤਾਂ ਕਮਜ਼ੋਰੀਆਂ ਸਾਡੇ 'ਚ ਹੁਣੀ ਆਈਆਂ ਥੋੜ੍ਹੇ ਜਿਹੇ ਟਾਈਮ ਦੀਆਂ। ਇਸ ਵਾਸਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਆਪ ਜੀ ਸਿੰਘਾਸਣ 'ਤੇ ਟਿਕੇ ਬੈਠੇ ਸੀ, ਪਰ ਕੀ ਕਾਰਨ ਮਹਾਰਾਜ, ਆਪ ਜੀ ਜਿਵੇਂ ਚੋਲਾ ਵਸਤਰ ਪਹਿਣਦੇ ਹੋਵੋ, ਇਸ ਤਰ੍ਹਾਂ ਦੀ ਮਰਿਆਦਾ ਹੈ, ਆਪ ਜੀ ਨੇ ਆਪਣੇ ਸਰੀਰ ਨੂੰ, ਅੰਗਾਂ ਨੂੰ ਇਸ ਤਰੀਕੇ ਨਾਲ ਇੱਧਰ ਉੱਧਰ ਕੀਤਾ। ਪਾਤਸ਼ਾਹ ਰਾਵਰ ਦਾ ਅਰਥ ਹੈ ਆਪ ਜੀ ਦੀ ਲੀਲਾ ਵਡਿਆਈ ਲਖੀ ਨਾ ਜਾਏ, ਜਾਣੀ ਨਹੀਂ ਜਾਂਦੀ ਮਹਾਰਾਜ ਵੀ ਕੀ ਕੌਤਕ ਹੈ ਇਹ। ਕਹੀਏ ਪ੍ਰਭ, ਹੇ ਪ੍ਰਭੂ ਜੀ, ਸਾਨੂੰ ਸਾਰਿਆਂ ਨੂੰ ਕਹੀਏ, ਦੱਸੋ ਆਪ ਜੀ, ਸਾਰੇ ਬੜੇ ਹੈਰਾਨ ਜੇ ਹੈ ਇਸ ਗੱਲੋਂ, ਚਾਹੁੰਦੇ ਹੈ ਸਮੁਦਾਇ ਸਾਰੀਆਂ ਸੰਗਤਾਂ ਵੀ ਮਹਾਰਾਜ ਪਾਤਸ਼ਾਹ ਜੀ ਦਾ ਕੌਤਕ ਕੀ ਹੈ ਇਹ। ਤਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੁਣ ਕੇ ਫਿਰ ਗੁਰਸਿੱਖਾਂ ਨੂੰ ਆਖਿਆ, ਕਹਿੰਦੇ ਭਾਈ ਲਾਹੌਰ ਦੇ ਵਿੱਚ ਖੜਾ ਰਾਮਦਾਸ ਜੀ ਸਾਨੂੰ ਵਸਤਰ ਪਹਿਨਾ ਰਿਹਾ ਹੈ, ਲਾਹੌਰ ਦੇ ਬਾਜ਼ਾਰ ਵਿੱਚ ਖੜਾ ਟਿਕਿਆ ਹੋਇਆ, ਉੱਥੇ ਇੱਕ ਬੜਾ ਸੁੰਦਰ ਵਸਤਰ ਵੇਖਿਆ ਉਹਨਾਂ ਨੇ, ਤੇ ਉਹ ਵਸਤਰ ਸਾਨੂੰ ਉੱਥੇ ਪਹਿਨਾ ਰਹੇ ਹੈ ਖੜੇ। ਸੰਗਤਾਂ ਉੱਠੀਆਂ, ਉੱਠ ਸੁਣ ਸਭਨ, ਸੁਣ ਕੇ ਸਾਰੀਆਂ ਸੰਗਤਾਂ ਨੇ ਪਾਤਸ਼ਾਹ ਜੀ ਦਾ ਇਹ ਵਚਨ, ਤਦੋਂ ਮਹਾਰਾਜ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਹੇ ਮਹਾਰਾਜ, ਆਪ ਜੀ ਨੂੰ ਸਿੱਖਾਂ ਦਾ ਭਾਵ ਪ੍ਰੇਮ ਹਮੇਸ਼ਾ ਹੀ ਭਾਇਓ ਭਾਉਂਦਾ, ਚੰਗਾ ਲੱਗਦਾ, ਇਮਤ ਹੈ ਵਸਤਰ ਨਿਵੇਦਨ ਕਰੇ। ਇਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵਸਤਰ ਨਿਵੇਦਨ ਭੇਟ ਕੀਤੇ, ਲੱਖ ਗੁਰ ਉਚਿਤ, ਤੇ ਸਤਿਗੁਰੂ ਜੀ ਨੇ ਵੀ ਉਚਿਤ ਯੋਗ ਜਾਣ ਕੇ ਪ੍ਰੇਮ ਦੇ ਨਾਲ ਭਰੇ ਹੋਏ ਮਹਾਰਾਜ ਨੇ ਸਰਧਾ ਪ੍ਰਵਾਨ ਕੀਤੀ ਹੈ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਪਹਿਨਾ ਕੇ ਐਸਾ ਸੁੰਦਰ ਵਸਤਰ ਮਹਾਰਾਜ ਪਾਤਸ਼ਾਹ ਜੀ ਨੂੰ ਅੱਗੇ ਚੱਲ ਪਏ। ਚੱਲਦਿਆਂ ਚੱਲਦਿਆਂ ਸੱਚੇ ਪਾਤਸ਼ਾਹ ਨਖਾਸ ਚੌਂਕ ਵਿੱਚ ਪਹੁੰਚ ਗਏ ਆ ਲਾਹੌਰ ਦੇ, ਉੱਥੇ ਇੱਕ ਕੁਰਤਾ ਅੰਬ ਵੇਚ ਰਿਹਾ, ਇੱਕ ਭਾਈ ਉੱਥੇ ਕੁਰਤੇ ਅੰਬ ਵੇਚ ਰਿਹਾ। ਜਦੋਂ ਵੇਖਿਆ ਸਤਿਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠੇ ਦੇ ਰੂਪ ਅੰਦਰ ਸੁੰਦਰ ਅੰਬ ਕੁਰਤੇ ਹੀ ਵਿਕਦੇ ਫਿਰਦੇ ਆ, ਬੜਾ ਰਸਿਆ ਹੋਇਆ ਅੰਬ ਵੇਖ ਕੇ ਚਿੱਤ ਲੁਭਾਏ ਮਨ ਹੋ ਗਿਆ, ਰਿਹਾ ਨਹੀਂ ਗਿਆ ਸਤਿਗੁਰੂ ਰਾਮਦਾਸ ਪਾਤਸ਼ਾਹ ਤੋਂ, ਤੇ ਮਨ ਵਿੱਚ ਵਿਚਾਰਿਆ ਵੀ ਲਾਹੌਰ ਦੀ ਇਹ ਅਜਾਇਬ ਵਸਤੂ ਹੈ, ਇਹ ਲਾਹੌਰ ਦੀ ਵਧੀਆ ਸੁੰਦਰ ਵਸਤੂ ਹੈ, ਇਹ ਜਿਹੜੀ ਸੁੰਦਰ ਅਜਾਇਬ ਵਸਤੂ ਹੈ ਇਹ ਗੁਰੂ ਪਾਤਸ਼ਾਹ ਜੀ ਨੂੰ ਅਰਪਣ ਦੇ ਉਚਿਤ ਹੈ, ਯੋਗ ਹੈ ਕਿ ਸਤਿਗੁਰਾਂ ਨੂੰ ਭੇਟ ਕਰ ਦੇਈਏ, ਕਿਉਂਕਿ ਮਰਿਆਦਾ ਹੈ ਵੀ ਵੱਡਿਆਂ ਦੇ ਕੋਲ ਜਾਣਾ ਹੋਵੇ, ਗ੍ਰੰਥਾਂ ਦੀ ਨੀਤੀ ਦੀ ਮਰਿਆਦਾ ਹੈ। ਕਹਿੰਦੇ ਭਾਈ ਰਾਕਤ ਪਾਨ ਦਰਸੈ ਨਹੀਂ ਭੂਪ ਭਿਖਕ ਗੁਰਦੇਵ, ਫਲ ਦੀ ਫਲ ਪਾਈਏ ਫਲ ਹੈ ਨਾ ਫਲ ਬਿਨ ਸੇਵ, ਕਹਿੰਦੇ ਭਾਈ ਰਿਕਤ ਪਾਨ ਖਾਲੀ ਹੱਥ ਨਹੀਂ ਦਰਸ਼ਨ ਕਰਨੇ ਚਾਹੀਦੇ, ਭੂਪ ਰਾਜੇ ਦੇ, ਪਿਛਕ ਭਖਾਰੀ ਦੇ, ਤੇ ਆਪਣੇ ਗੁਰਦੇਵ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਫਲ ਦੇ ਕਈ ਫਲ ਪ੍ਰਾਪਤ ਹੁੰਦਾ, ਫਲ ਤੋਂ ਬਿਨਾਂ ਫਲ ਸੇਵਾ ਨਹੀਂ ਪ੍ਰਫੁੱਲਤ ਹੁੰਦੀ, ਇਸ ਤਰ੍ਹਾਂ ਜਾਣ ਕੇ ਕਿ ਵੱਡਿਆਂ ਦੇ ਕੋਲ ਖਾਲੀ ਹੱਥ ਨਹੀਂ ਜਾਈਦਾ, ਇਸ ਦੇ ਪਰੇ ਆਣ ਕੋ ਹਾਨ ਹਨ, ਇਸ ਤੋਂ ਪਰੇ ਦਾ ਅਰਥ ਹੈ ਉੱਪਰ ਜ਼ਿਆਦਾ, ਹੋਰ ਕੋਈ ਹਾਨੀ ਨਹੀਂ, ਇਹ ਤੋਂ ਉੱਪਰ ਕੋਈ ਹਾਨੀ ਨਹੀਂ ਹੈ, ਨਰਾਦਰ ਨਹੀਂ ਹੈ ਵੱਡਿਆਂ ਕੋਲ ਖਾਲੀ ਹੱਥ ਚਲੇ ਜਾਣਾ, ਇਸ ਵਾਸਤੇ ਅਦਭੁਤ ਅਚਰਜ ਹੀ ਬਿਨਾਂ ਰੁੱਤ ਤੋਂ ਇਹ
ਫਲ ਮਹਾਰਾਜ ਪਾਤਸ਼ਾਹ ਜੀ ਵਾਸਤੇ ਲੈ ਕੇ ਜਾਵਾਂ। ਅਗਾਰੀ ਬੰਧਨ ਕਹਿ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਚ ਆਇਆ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੱਗੇ ਅਰਪਣ ਕਰਕੇ ਨਮਸਕਾਰ ਕਰਾਂਗਾ, ਇਹ ਭੇਟਾ ਰੱਖਾਂਗਾ ਮਹਾਰਾਜ ਪਾਤਸ਼ਾਹ ਜੀ ਨੂੰ। ਦਿਨ ਕੇ ਵਿਛੜੇ ਦਰਸੇ ਹਾਂ, ਬੜੇ ਦਿਨਾਂ ਦੇ ਵਿਛੜੇ ਆ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਦਰਸ਼ਨ ਕਰਾਂਗੇ। ਲੋਚਨ ਦਰਬਿਤਾ ਹਾਂ, ਵੇਖ ਸਰੂਪ ਲੋਚਨ ਤ੍ਰਿਪਤੈ ਹੂੰ, ਵੇਖ ਕੇ ਸਤਿਗੁਰਾਂ ਦਾ ਸੁੰਦਰ ਸਰੂਪ ਨੂੰ, ਆਪਣੇ ਨੇਤਰਾਂ ਨੂੰ ਤ੍ਰਿਪਤ ਕਰ ਲਵਾਂਗਾ। ਫਿਰ ਵੇਚਣ ਵਾਰੋ ਵਪਾਰੀ, ਵਪਾਰ ਵੇਚਣ ਵਾਲੇ ਦੇ ਕੋਲ ਹੋ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੁੱਛਿਆ, ਮੋਲ ਇਹੋ? ਕਹਿੰਦੇ ਦੱਸ ਭਾਈ ਇਹਦਾ ਮੋਲ ਕੀ ਹੈ, ਇਹ ਫਲ ਦੇ ਵਿਵਹਾਰੋ ਦਾ ਅਰਥ ਹੈ, ਇਹਦਾ ਕੀ ਵਿਵਹਾਰ ਕਰ ਰਿਹਾ ਤੂੰ, ਕੀ ਮੁੱਲ ਰੱਖਿਆ ਹੈ ਇਸ ਦਾ? ਇਸ ਵਪਾਰੀ ਨੇ ਦੱਸਿਆ ਵੀ ਇੱਕ ਰੁਪਇਆ ਇੱਕ ਅੰਬ ਦਾ ਮੁੱਲ ਹੈ, ਉਹ ਦੇ ਕੇ ਇੱਕ ਰੁਪਇਆ, ਉਹ ਸੁੰਦਰ ਜੋ ਰਸਿਆ ਹੋਇਆ ਪੱਕਾ ਅੰਬ ਸੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਹੱਥ ਲੈ ਲਿਆ। ਬੜੀ ਛੇਤੀ ਕਰਦੇ ਹੋਏ ਮਨ ਵਿੱਚ ਚਾਹ ਹੈ ਕਿ ਸਤਿਗੁਰੂ ਜੀ ਨੂੰ ਕੁਰਤਾ ਫਲ ਖਵਾਵਾਂਗੇ, ਇਸ ਤਰ੍ਹਾਂ ਬੜੀ ਤੇਜ਼ੀ ਨਾਲ ਚੱਲ ਰਹੇ ਹੈ। ਗੋਇੰਦਵਾਲ ਪੰਥ ਕੋ ਹੇਰ, ਗੋਇੰਦਵਾਲ ਸਾਹਿਬ ਦਾ ਰਸਤਾ ਵੇਖ ਕੇ ਵੱਡਿਓ ਪ੍ਰੇਮ ਸ਼੍ਰੀ ਸਤਿਗੁਰ ਪੂਰਨ, ਸਤਿਗੁਰੂ ਪੂਰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਵਧਿਆ ਹੋਇਆ ਅੰਦਰ, ਮਗ ਤੂਰਨ ਚੱਲ, ਬੜੀ ਛੇਤੀ ਨਾਲ ਰਸਤੇ ਵਿੱਚ ਚੱਲ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦੇ ਹੈ। ਚਲਤ ਚਲਤ ਦਿਨ, ਸਾਰਾ ਦਿਨ ਚੱਲਦਿਆਂ ਚੱਲਦਿਆਂ ਤੇ ਦਿਨ ਮਨ ਅਸਥਾਇਓ, ਸੂਰਜ ਛਿਪ ਗਿਆ, ਇੱਕ ਰਾਤਰੀ ਬਤੀਤ ਕੀਤੀ ਆ ਰਸਤੇ ਵਿੱਚ ਵੱਸ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਵੱਡੀ ਪ੍ਰਭਾਤ ਪੁਨ ਉੱਠੇ, ਫਿਰ ਵੱਡੀ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਚੱਲ ਪਏ, ਕਿਉਂਕਿ ਪੁਰਾਤਨ ਮਰਿਆਦਾ ਸੰਥਾ ਪੰਥਾ ਪੀਸਣਾ ਤਿੰਨੋਂ ਕੰਮ ਪ੍ਰਭਾਤ ਵੱਡੇ ਅੰਮ੍ਰਿਤ ਵੇਲੇ ਦੇ ਸਨ। ਆਪਣੇ ਚਿੱਤ ਦੇ ਵਿੱਚ ਬੜੀ ਪਿਆਸ ਹੈ ਕਿ ਜਾ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਈਏ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਓ ਅਣਦਿਨ ਨੀਤ, ਇਸ ਤਰ੍ਹਾਂ ਦੀਆਂ ਅਰਦਾਸਾਂ ਭਾਵਨਾ ਬਣੀਆਂ ਹੋਈਆਂ। ਚੱਲਦਿਆਂ ਚੱਲਦਿਆਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਭੈਰੋਵਾਲ ਨਗਰ ਵਿੱਚ ਪਹੁੰਚ ਗਏ, ਤਦੋਂ ਤੇ ਗੋਇੰਦਵਾਲ ਸਾਹਿਬ ਨੇੜੇ ਹੀ ਰਹਿ ਗਿਆ। ਫਲ ਕੋ ਉਸ ਪੱਕੇ ਅੰਬ ਨੂੰ ਹੱਥਾਂ ਦੀ ਗਰਮੈਸ ਲੱਗ ਗਈ, ਫੁੱਟ ਗਏ ਉਹ ਫੁੱਟ ਗਿਆ ਫਟ ਗਿਆ, ਇਸ ਤਰ੍ਹਾਂ ਉਹਦਾ ਰਸ ਚਿਉਣ ਲੱਗ ਪਿਆ। ਤੇ ਮਨ ਵਿੱਚ ਵੇਖਿਆ ਵੀ ਇਹ ਹੁਣ ਪਹਿਲਾਂ ਆਸਾ ਪਾਸਾ ਜਿਹਾ ਕਰਕੇ ਵੀ ਉਹਦਾ ਜਿੱਥੋਂ ਫੁੱਟਿਆ ਸੀ ਉੱਥੋਂ ਉੱਪਰ ਨੂੰ ਕਰਕੇ ਵੀ ਕਿਸੇ ਤਰ੍ਹਾਂ ਸਤਿਗੁਰਾਂ ਦੇ ਕੋਲ ਪਹੁੰਚ ਜਾਵੇ, ਜਦੋਂ ਵੇਖਿਆ ਵੀ ਹੁਣ ਇਹ ਸਤਿਗੁਰੂ ਪਾਤਸ਼ਾਹ ਜੀ ਤੱਕ ਨਹੀਂ ਪਹੁੰਚ ਸਕਦਾ, ਸ਼੍ਰੀ ਅੰਮ੍ਰਿਤ ਧਿਆਨ ਧਰ ਲਈ, ਤਦੋਂ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਚਰਨ ਕਮਲਾਂ ਦਾ ਧਿਆਨ ਕੀਤਾ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਫਲ ਅਰਪਣ ਕਰੇ, ਹੇ ਪ੍ਰਭੂ ਸੱਚੇ ਪਾਤਸ਼ਾਹ ਜੀ, ਇਹ ਫਲ ਮੈਂ ਆਪ ਜੀ ਨੂੰ ਅਰਪਣ ਕਰ ਦਿੱਤਾ ਹੈ। ਪਾਤਸ਼ਾਹ ਜੀ ਬਿਨ ਰੁੱਤ ਕੋ, ਬਿਨਾਂ ਰੁੱਤ ਕੁਰੁੱਤਾ ਫਲ ਹੈ, ਪਰ ਇਹਦਾ ਰਸ ਹੁਣ ਚੋਣ ਲੱਗ ਗਿਆ ਹੈ। ਹੇ ਮਹਾਰਾਜ ਅੰਗੀਕਾਰ ਕਰ ਲਓ ਇਸ ਨੂੰ, ਆਪਣੇ ਮੁੱਖ ਪਾਲੋ ਪਾਤਸ਼ਾਹ ਜੀ, ਛਕ ਲਓ। ਹੇ ਪਾਤਸ਼ਾਹ ਮਮ ਮਨਸਾ ਕੋ, ਮੇਰੇ ਮਨ ਦੀ ਇੱਛਾ ਪੂਰੀ ਕਰ ਦੇਵ। ਇਮ ਕਹਿ, ਇਸ ਤਰ੍ਹਾਂ ਕਹਿ ਕੇ ਉਹ ਅੰਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਅਰਦਾਸ ਬੇਨਤੀ ਕਰਕੇ ਛਕ ਲਿਆ। ਇਧਰੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਰਸ ਚੂਸੀ ਜਾਂਦੇ ਆ ਭੈਰੋਵਾਲ ਨਗਰ ਵਿੱਚ, ਤੇ ਇਧਰੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਸੰਗਤ ਵਿੱਚ ਬੈਠੇ ਹੈ, ਤੇ ਮਹਾਰਾਜ ਵੀ ਜਿਸ ਤਰ੍ਹਾਂ ਅੰਬ ਛਕਦੇ ਹੁੰਦੇ ਆ ਇਸ ਤਰ੍ਹਾਂ ਦੀ ਮਰਿਆਦਾ ਕਰ ਰਹੇ ਹੈ। ਬਹੁਤ ਪ੍ਰੀਤ ਸੋ, ਬੜੇ ਪ੍ਰੇਮ ਨਾਲ, ਬੜੇ ਸਵਾਦ ਕਰ ਕਰਕੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਜਿਵੇਂ ਅੰਬ ਚੂਸ ਰਹੇ ਹੁੰਦੇ ਆ ਇਸ ਤਰ੍ਹਾਂ ਘੁੱਟਾਂ ਭਰ ਭਰ ਕੇ ਰਸ ਛਕਣਾ ਕੀਤਾ ਪਾਤਸ਼ਾਹ ਜੀ ਨੇ। ਕਿੰਨੇ ਕੁ ਟਾਈਮ ਬਾਅਦ ਪਾਤਸ਼ਾਹ ਜੀ ਨੇ ਉਹ ਜਿਹੜੀ ਗੁਠਲੀ ਸੀ ਨਾ ਅੰਬ ਦੀ ਗਿੜਕ, ਉਹ ਰੱਖ ਲਈ ਪਾਤਸ਼ਾਹ ਜੀ ਨੇ। ਨਿਕਾਸ ਦਾਸ ਸੰਭਾਖੀ, ਬਹੁਰੋ ਫਿਰ ਨਿਕਾਸ ਉਹ ਸਤਿਗੁਰੂ ਜੀ ਨੇ ਚੂਪ ਕੇ
ਤੇ ਇਹ ਗੁਰੂ ਕੇ ਸਿੱਖ ਭਾਈ ਬੱਲੂ ਜੀ ਨੂੰ ਦੇ ਦਿੱਤੀ। ਇਸ ਕੋ ਰੱਖ ਹੋ ਤਾਕ ਮਝਾਰੀ, ਤੇ ਪਾਤਸ਼ਾਹ ਕਹਿੰਦੇ ਲੈ ਭਾਈ ਪ੍ਰੇਮੀਆਂ ਇਹਨੂੰ ਕਿਤੇ ਸੰਭਾਲ ਕੇ ਤਾਕੀ ਵਿੱਚ ਰੱਖ ਦੇ। ਫਿਰ ਕਦੇ ਅਸੀਂ ਭਾਈ ਇਹ ਜਦੋਂ ਮੰਗਾਂਗੇ ਉਦੋਂ ਲੈ ਲਵਾਂਗੇ ਦੇ ਦੇਵੀ। ਬੱਲੂ ਨੇ ਆਇਸ ਕੋ ਮਾਨ, ਬੱਲੂ ਜੀ ਨੇ ਸਤਿਗੁਰਾਂ ਦੀ ਆਗਿਆ ਹੁਕਮ ਮੰਨਿਆ। ਸਭਾ ਕੀ ਥਾਨ, ਉਹ ਸਭਾ ਦੇ ਵਿੱਚ ਹੀ ਸੰਭਾਲ ਕੇ ਰੱਖ ਦਿੱਤੀ ਇੱਕ ਤਾਕੀ ਵਿੱਚ। ਰਾਮਦਾਸ ਕੇਤਕ ਚਿਰ ਪਾਛੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿੰਨੇ ਕੁ ਟਾਈਮ ਬਾਅਦ ਚਿੱਤ ਭਾਈ ਪ੍ਰੇਮ ਚਿੱਤ ਪਾਛੇ, ਚਿੱਤ ਦੇ ਵਿੱਚ ਬੜਾ ਪ੍ਰੇਮ ਬਾਂਛੇ ਚਾਹੁੰਦੇ ਹੋਏ ਪਹੁੰਚ ਗਿਆ ਸਭਾ ਸਤਿਗੁਰਾਂ ਦੇ ਹਜ਼ੂਰ। ਜਦੋਂ ਦੂਰੇ ਦੇਖਿਆ ਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੁਸ਼ੋਭਿਤ ਸਿੰਘਾਸਨ ਸਾਹਿਬਾਂ ਤੇ, ਬੜੇ ਆਨੰਦਿਤ ਹੋਏ। ਹੋਰ ਕਮਲ ਵਿਕਸਾਨਾ, ਜਿਉਂ ਰਵ ਹੇਰ, ਜਿਵੇਂ ਕਵਲ ਨੂੰ ਵੇਖ, ਜਿਉਂ ਰਵ ਹੇਰ ਜਿਵੇਂ ਸੂਰਜ ਨੂੰ ਵੇਖ ਕੇ ਕਵਲ ਖਿੜ ਜਾਂਦਾ ਨਾ, ਐਦਾਂ ਖਿੜ ਗਿਆ ਮਹਾਰਾਜ ਦਾ ਚਿਹਰਾ। ਸਰੋਜਨ ਕੇ ਦ੍ਰਿਗ ਭੌਰ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਸਰੋਜਨ ਕੇ ਦ੍ਰਿਗ ਭੌਰ, ਜਿਹੜੇ ਚਰਨ ਕਵਲ ਸੀ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ, ਉਹਨਾਂ ਦੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੂਰੇ ਭੌਰੇ ਬਣ ਗਏ। ਮਾਨੋ ਵੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦੇ ਆ ਰਹੇ ਚਰਨਾਂ ਦਾ। ਦੌੜ ਕੇ ਬੜੀ ਤੇਜ਼ੀ ਤੇਜ਼ ਕਦਮਾਂ ਦੇ ਨਾਲ ਆ ਕੇ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਸਤਿਗੁਰਾਂ ਨੇ ਗ੍ਰਹਿ ਪੂਜਾ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਬਾਹਾਂ ਤੋਂ ਫੜ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਉਠਾਇਆ। ਜਾਨ ਪ੍ਰੇਮ ਉਹ ਕੰਠ ਲਗਾਵਾ, ਬੜਾ ਪ੍ਰੇਮ ਜਾਣ ਕੇ ਫਿਰ ਗਲੇ ਲਾਇਆ ਸੱਚੇ ਪਾਤਸ਼ਾਹ ਜੀ ਨੇ। ਦ੍ਰਿਸ਼ਟ ਸੋ ਦੇਖੋ ਕੈਸੇ, ਫਿਰ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ। ਕਵੀ ਜੀ ਕਹਿੰਦੇ ਕਿਰਪਾ ਦ੍ਰਿਸ਼ਟ ਚੋਂ ਦੇਖਿਓ ਕੈਸੇ, ਕਹਿੰਦੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਕਿਵੇਂ ਵੇਖਿਆ? ਕਹਿੰਦੇ ਜਿਵੇਂ ਜਲਦ ਤ੍ਰਿਸ਼ਟ ਚਾਤਰਕ ਕੋ, ਜਿਵੇਂ ਪਪੀਹੇ ਨੂੰ ਜਲਦ ਬੱਦਲ ਵੇਖਦਾ। ਜੇ ਪਪੀਹੇ ਦੀ ਤਾਂ ਪਿਆਸ ਹੁੰਦੀ ਹੈ ਪਰ ਬੱਦਲ ਦੀ ਵੇਖਣੀ ਹੁੰਦੀ ਹੈ, ਜਿਵੇਂ ਬੱਦਲ ਪਪੀਹੇ ਨੂੰ ਵੇਖਦਾ ਨਾ ਵੀ ਬਹੁਤਾ ਪਿਆਸਾ ਹੈ, ਐਦਾਂ ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੇਖਿਆ ਫਿਰ ਤ੍ਰਿਪਤ ਕਰਨ ਵਾਸਤੇ। ਤੇ ਸਨਮਾਨਿਤ ਸਤਿਕਾਰ ਨਾਲ ਆਪਣੇ ਸਨਮੁਖ ਨੇੜੇ ਹੀ ਟਿਕਾ ਲਿਆ, ਬਿਠਾ ਲਿਆ। ਮਾਨੋ ਵੀ ਦੀਰਘ ਕਹੀਏ ਬਹੁਤ ਜ਼ਿਆਦਾ ਪ੍ਰੇਮ, ਪ੍ਰੇਮ ਦੀ ਹੱਦ ਹੋ ਗਈ। ਬੂਝਿਓ ਕੋ ਬ੍ਰਤਾਤ ਸੁਲਤਾਨ, ਬੂਝਿਓ ਫਿਰ ਪੁੱਛਿਆ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਦੱਸੋ ਰਾਮਦਾਸ ਜੀ ਸੁਲਤਾਨ ਬਾਦਸ਼ਾਹ ਦੀ ਕਚਹਿਰੀ ਦਾ ਹਾਲ ਚਾਲ। ਬਾਹਰ ਕੀ ਬਖਾਨ, ਕਿਮ ਕਿਸ ਤਰ੍ਹਾਂ ਬ੍ਰਾਹਮਣਾਂ ਤੇ ਖੱਤਰੀਆਂ ਨੂੰ ਬਖਾਨ ਆਖਿਆ ਤੁਸੀਂ? ਹਾਂਜੀ, ਕਿਮ ਦਿਜ ਬਾਹਰ ਯਕੀਨ ਬਖਾਨ, ਸਭਾ ਦੇ ਵਿੱਚ ਬ੍ਰਾਹਮਣਾਂ ਤੇ ਖੱਤਰੀਆਂ ਨੇ ਕਿਵੇਂ ਬਖਾਨ ਆਖਿਆ, ਤੇ ਤੁਮਨੇ ਕੋ ਉੱਤਰ ਦਿਓ, ਤੇ ਤੁਮਨੇ ਤੁਸੀਂ ਉਹਨਾਂ ਨੂੰ ਕੀ ਉੱਤਰ ਦਿੱਤਾ ਮੋੜ ਕੇ? ਅਕਬਰ ਕਹਿ ਕੀਨ ਸਹਾਰੇ, ਤੇ ਕਿਸ ਤਰ੍ਹਾਂ ਬਾਦਸ਼ਾਹ ਅਕਬਰ ਨੇ ਉਹਨਾਂ ਨੂੰ ਹੌਲੇ ਕੀਤਾ? ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚ। ਪ੍ਰਭੂ ਕਹਿੰਦੇ ਜਾਏ ਨਾ ਜਾਏ, ਹੇ ਪ੍ਰਭੂ ਸਤਿਗੁਰੂ ਜੀ ਸੁਣੋ ਆਪ ਜੀ ਦੀ ਵਡਿਆਈ, ਕੋਈ ਜਾਣੀ ਨਹੀਂ ਜਾਂਦੀ ਮਹਾਰਾਜ। ਗਾਇਤਰੀ ਚਾਹਿਓ, ਪਾਠ ਕਰਨ ਗਾਇਤਰੀ ਚਾਹਿਓ, ਜਦੋਂ ਅਸੀਂ ਗਾਇਤਰੀ ਦਾ ਪਾਠ ਕਰਨਾ ਚਾਹਿਓ ਚਾਹਿਆ, ਅਕਬਰ ਨੇ ਕਹਿਓ, ਜਦੋਂ ਇਹਨਾਂ ਨੇ ਸਾਰੇ ਮਨੁੱਖਾਂ ਤੇ ਅਕਬਰ ਨੇ ਆਖਿਆ ਕਿ ਗਾਇਤਰੀ ਦਾ ਪਾਠ ਸੁਣਾਓ ਜੀ, ਇਹ ਗਾਇਤਰੀ ਦਾ ਪਾਠ ਸੁਣਾਉਣ ਇਹਨਾਂ ਨੇ ਮਰਿਆਦਾ ਤਿਆਗ ਦਿੱਤੀ ਹੈ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਨਹੀਂ ਜਾਣਦਾ ਸੀ ਗਾਇਤਰੀ ਦਾ ਮੰਤਰ ਨਾ ਪਾਠ ਪਹਿਲਾਂ। ਆਪ ਜੀ ਦਾ ਬਚਨ ਸੰਭਾਲ ਕੇ ਜੋ ਆਪ ਜੀ ਨੇ ਆਖਿਆ ਸੀ ਵੀ ਸੱਜੀ ਬਾਂਹ ਵੱਲ ਵੇਖਣਾ, ਮੈਂ ਆਪ ਜੀ ਦਾ ਬਚਨ ਚੇਤਾ ਕਰਕੇ ਜਦੋਂ ਸੱਜੀ ਬਾਂਹ ਵੱਲ ਵੇਖਿਆ, ਤਤ ਸ਼ਿਰ ਉਸੇ ਟਾਈਮ ਹੀ ਸਰਬ ਗਿਆਨ ਹੋ ਆਇਆ, ਕਿਉਂਕਿ ਬਚਨ ਤਾਂ ਗੁਰੂ ਦਾ। ਇਸ ਵਾਸਤੇ ਗਿਆਨ ਕਦੋਂ ਹੈ ਸੁਖ, ਕਦੋਂ ਹੈ? ਗੁਰੂ ਦਾ ਬਚਨ ਮੰਨਣ ਵਿੱਚ ਸੁਖ ਹੈ, ਗਿਆਨ ਗੁਰੂ ਦੇ ਬਚਨਾਂ ਵਿੱਚ ਹੈ, ਸੁਖ ਗੁਰੂ ਦੇ ਬਚਨਾਂ ਵਿੱਚ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀ ਹੈ। ਸੰਤ ਦਾ ਕੋਈ ਬਚਨ ਕਮਾ ਲਿਓ ਤਾਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਕਿਉਂਕਿ ਬਚਨ ਹੀ ਉਹ ਗੁਰੂ ਵਾਲਾ ਹੁੰਦਾ।
ਇਸ ਵਾਸਤੇ ਜਿਹੜੇ ਬਚਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖੇ ਸਨ, ਬਸ ਬਚਨ ਕਮਾਉਣ ਵਿੱਚ ਸੁੱਖ ਸੀ। ਜੇ ਅੱਜ ਵਾਂਗੂ ਸਾਡੇ ਵਾਲੀ ਤਰਕ ਵਾਲੀ ਬੁੱਧੀ ਹੁੰਦੀ ਵੀ ਉਹਦਾ ਪਖੰਡ ਹੈ, ਇਹ ਤਾਂ ਗੁਰੂ ਕਾ ਬਚਨ ਸੀ, ਗੁਰੂ ਪਾਤਸ਼ਾਹ ਜੀ ਨੇ ਮੰਨ ਕੇ ਪ੍ਰਤੱਖ ਕਰਕੇ ਵਿਖਾ ਦਿੱਤਾ ਭਾਈ ਵੀ ਗੁਰੂ ਦਾ ਬਚਨ ਮੰਨ ਕੇ ਹਰ ਸਭਾ ਦੇ ਵਿੱਚ ਵੀ ਵਡਿਆਈ ਬਣ ਆਉਂਦੀ ਹੈ, ਜੈ ਜੈਕਾਰ ਹੁੰਦੀ ਹੈ ਜੋ ਗੁਰੂ ਦਾ ਬਚਨ ਮੰਨ ਲਵੇ, ਇਕੱਲਾ ਆਪਣੇ ਤਲ 'ਤੇ ਹੀ ਮੰਨ ਲਵੇ। ਅਤੇ ਇਹ ਗੁਰੂ ਦੇ ਬਚਨ ਹੈ ਸਾਰੇ, ਕਕਾਰ ਪਹਿਨਣੇ, ਕ੍ਰਿਤਾਂ ਤੋਂ ਬਚਣਾ, ਨਿਤਨੇਮ ਕਰਨਾ ਪੰਜ ਬਾਣੀਆਂ ਦਾ, ਗੁਰੂ ਜੀ ਕੇ ਦਰਸ਼ਨ ਦੀਦਾਰ ਕਰਨੇ, ਆਹ ਜਿੱਥੇ ਆਪਾਂ ਬੈਠੇ ਹਾਂ ਮਰਿਆਦਾ ਜਿਹੜੀ 'ਚ ਇਹ ਮਰਿਆਦਾ ਕਰਨੀ ਕਮਾਉਣੀ, ਇਹ ਬਚਨ ਸਾਰੇ ਗੁਰੂ ਦੇ ਹੈ। ਬਸ ਜਿਵੇਂ ਜਿਵੇਂ ਕੋਈ ਬਚਨਾਂ ਨੂੰ ਮੰਨੀ ਜਾਂਦਾ ਕਮਾਈ ਜਾਂਦਾ ਉਹਦੇ ਜੀਵਨ 'ਚ ਉਵੇਂ ਉਵੇਂ ਬਖਸ਼ਿਸ਼ਾਂ ਖੁਸ਼ੀਆਂ ਸੁੱਖ ਆਨੰਦ ਬਣਦੇ ਜਾਂਦੇ ਹੈ, ਕਿਉਂਕਿ ਜਿੰਨੇ ਕੋਈ ਕਮਾਲੇ ਥਾਂ ਤਾਂ ਹੈ ਨਹੀਂ ਕੋਈ ਬਚਨਾਂ ਦਾ ਪਾਤਸ਼ਾਹ ਦਾ, ਪਰ ਜਿੰਨੇ ਕੋਈ ਕਮਾਲੇ ਓਨੇ ਭਲਾ ਕਰ ਦਿੰਦੇ ਹੈ। ਪਾਤਸ਼ਾਹ ਜੀ ਨੇ ਇਸੇ ਵਾਸਤੇ ਆਖਿਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਵੀ ਗੁਰੂ ਘਰ ਦੀ ਸਿੱਖਿਆ ਕੋਈ ਸੁਣ ਲਵੇ ਅਤੇ ਕਮਾ ਲਵੇ ਤਾਂ ਮਤ ਭਾਈ ਹੀਰੇ ਮੋਤੀਆਂ ਵਾਂਗੂ ਅਨਮੋਲ ਹੋ ਜਾਂਦੀ ਹੈ ਸਭ ਗੁਣਾਂ ਨਾਲ। ਹੇ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਸਭ ਤੋਂ ਪਹਿਲਾਂ ਇੱਕ ਓਅੰਕਾਰ ਦੀ ਧੁਨੀ ਅਲਾਪੀ, ਸੁਣ ਕੇ ਇਸ ਧੁਨੀ ਨੂੰ ਸਾਰੇ ਹੀ ਚਕਰਤ ਹੋ ਗਏ, ਅਚਰਜ ਹੋ ਗਏ। ਇਹ ਸੰਗਤ ਜੀ ਵਡਿਆਈ ਹੁੰਦੀ ਹੈ ਵੀ ਕਵੀ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਗੁਰੂ ਪਾਤਸ਼ਾਹ ਜੀ ਦਾ ਜਸ ਕੀਤਾ, ਕਿਉਂ ਕੀਤਾ ਵੀ ਕੋਈ ਗੁਰੂ ਦਾ ਜਸ ਭਾਈ ਸਭਾ ਦੇ ਵਿੱਚ ਬੈਠ ਕੇ ਕਰੇਗਾ ਸੁਣਾਵੇਗਾ, ਇਹ ਗੁਰੂ ਕੇ ਸਿੱਖ ਮਹਾਨ ਪੁਰਸ਼ਾਂ ਦੀ ਕਰਨੀ ਹੁੰਦੀ ਹੈ ਇਹ ਵੀ ਕੋਈ ਸੇਧ ਦੇ ਕੇ ਜਾਣੀ ਜ਼ਮਾਨੇ ਨੂੰ ਸਮੇਂ ਨੂੰ ਕਿ ਭਾਈ ਸਮੇਂ ਅਨੁਸਾਰ ਆਹ ਮਰਿਆਦਾ ਕਮਾਉਂਦੇ ਰਹੇ। ਜੇ ਕਵੀ ਸੰਤੋਖ ਸਿੰਘ ਜੀ ਦਾ ਅੱਜ ਨਾਮ ਹੈ, ਕਿਉਂ ਹੈ? ਕਿਉਂਕਿ ਉਹਨਾਂ ਨੇ ਗੁਰੂ ਦਾ ਜਸ ਕੀਤਾ। ਅੱਜ ਹਰ ਗੁਰੂ ਘਰ ਦੇ ਵਿੱਚ ਤਖ਼ਤ ਸਾਹਿਬਾਨਾਂ ਦੇ ਉੱਪਰ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਪੰਜੇ ਤਖ਼ਤ ਸਾਹਿਬ, ਜਿੱਥੇ ਹਰ ਰੋਜ਼ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ, ਔਰ ਆਪਾਂ ਵੀ ਕਰੀ ਜਾਂਦੇ ਹਾਂ, ਇਸ ਤਰ੍ਹਾਂ ਹਰ ਗੁਰੂ ਘਰ ਦੇ ਵਿੱਚ ਹੁੰਦੀ ਹੈ ਭਾਈ, ਜਿੱਥੇ ਗੁਰੂ ਕੀਆਂ ਭਾਓ ਭੈ ਵਾਲੀਆਂ ਸੰਗਤਾਂ ਉਹ ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਇਤਿਹਾਸ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕਰਦੀਆਂ, ਗੱਲ ਸ਼ਰਧਾ ਦੀ ਹੈ। ਸ਼ਰਧਾ ਵਾਲੇ ਗੁਰੂ ਕੇ ਸਿੱਖਾਂ ਦੇ ਲਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਜੋ ਇਕੱਲਾ ਇਕੱਲਾ ਬਚਨ ਹੈ ਬੜਾ ਅਨਮੋਲ ਹੈ। ਭੈ ਅਤੇ ਭਾਵਨਾ, ਗਿਆਨ, ਧਿਆਨ ਇਹ ਸਭ ਕੁਛ ਅੰਦਰ ਪੈਦਾ ਕਰ ਦਿੰਦਾ, ਐਸਾ ਗੁਰੂ ਘਰ ਦਾ ਮਹਾਨ ਵਿਦਵਾਨ ਔਰ ਸ਼ਰਧਾਲੂ ਸਿੱਖ ਹੋਇਆ ਕਵੀ ਸੰਤੋਖ ਸਿੰਘ ਜੀ, ਉਹ ਜਿਨ੍ਹਾਂ ਨੇ ਸਾਨੂੰ ਰਾਹ ਰੀਤ ਦਿੱਤੀ। ਇਸ ਵਾਸਤੇ ਜਿਹੜੀ ਮਰਿਆਦਾ ਸਾਨੂੰ ਕਵੀ ਸੰਤੋਖ ਸਿੰਘ ਜੀ ਦੇ ਕੇ ਗਏ ਕਿ ਭਾਈ ਗੁਰੂ ਦਾ ਜਸ ਕਰਿਓ, ਔਰ ਜਿੱਥੇ ਕਿਤੇ ਮੇਰੀ ਗਲਤੀ ਹੋਈ ਚਿਤਾਰਿਓ ਨਾ, ਜੇ ਚਿਤਾਰ ਨਹੀਂ ਹੋਈ ਤਾਂ ਸੁਧਾਰ ਲਿਓ। ਅਸੀਂ ਇਕੱਲੀ ਚਿਤਾਰੀ ਜਾਂਦੇ ਹਾਂ, ਸਧਾਰਨ ਦਾ ਤਾਂ ਨਾਂ ਨਹੀਂ ਲੈਂਦੇ, ਪਰ ਉਹ ਗੁਰਮੁਖ ਸਾਨੂੰ ਇੱਕ ਸੇਧ ਦੇ ਕੇ ਗਿਆ ਸੀ ਕਿ ਭਾਈ ਜਿੰਨਾ ਮੈਂ ਗੁਰੂ ਦਾ ਜਸ ਸੁਣਿਆ, ਔਰ ਇਹ ਇੱਕ ਕਵੀ ਦੀ ਆਪਣੀ ਮਰਿਆਦਾ, ਇਹ ਸੁਤੰਤਰਤਾ ਹੁੰਦੀ ਹੈ, ਕਵੀਆਂ ਨੂੰ ਹੱਕ ਹੁੰਦਾ ਵੀ ਗੱਲ ਸੁਣ ਕੇ ਉੱਥੋਂ ਦੀ ਸਾਰੀ ਜਿਹੜੀ ਹੁੰਦੀ ਹੈ ਗੱਲਬਾਤ, ਉਹ ਉੱਥੋਂ ਦਾ ਜਿਹੜਾ ਹੁੰਦਾ ਵੀ ਮਰਿਆਦਾ ਜਾਂ ਉੱਥੇ ਜਿਹੜਾ ਕੁਛ ਸਿਰਜਣਾ ਹੁੰਦਾ, ਉਹ ਕਵੀ ਭਾਈ ਆਪ ਆਪਣੇ ਤੌਰ 'ਤੇ ਨਕਸ਼ਾ ਬੰਨ ਲੈਂਦੇ ਹੈ, ਇਹ ਕਵੀਆਂ ਦੀ ਮਰਿਆਦਾ। ਇਸ ਵਾਸਤੇ ਬਹੁਤ ਥਾਈਂ ਐਸਾ ਵੀ ਹੋਇਆ ਜਿੱਥੇ ਜਾ ਕੇ ਇਹ ਕਵੀ ਸੰਤੋਖ ਸਿੰਘ ਦੀ ਸ਼ਰਧਾ ਨੂੰ ਤਾਂ ਜਾਣਿਆ ਨਹੀਂ, ਸਾਡੇ ਲੋਕਾਂ ਨੇ ਭਾਈ ਕੂੜ ਦੀ ਕਿਤਾਬ ਕਹਿਣੀ ਆਰੰਭ ਕਰ ਦਿੱਤੀ। ਸ਼ਰਧਾ ਨਹੀਂ ਵਿਚਾਰੀ ਵੀ ਕਿੱਡਾ ਵਿਦਵਾਨ ਸੀ ਉਹ ਵਿਦਵਾਨ ਕਵੀ ਨੇ, ਭਾਈ ਇਹ ਮਰਿਆਦਾ ਹੁੰਦੀ ਹੈ ਵੀ ਉਹ ਜਿਹਾ ਉੱਥੇ ਉਹ ਤਿਆਰ ਕਰਨਾ, ਨਕਸ਼ਾ ਬੰਨ੍ਹਣਾ, ਉੱਥੋਂ ਦਾ ਜਸ ਬਣਾਉਣਾ, ਉਹੋ ਜਿਹੀ ਵਡਿਆਈ ਬਣਾਉਣੀ ਉੱਥੋਂ ਦੀ, ਇਹ ਕਵੀਆਂ ਦੇ ਹਿੱਸੇ ਆਉਂਦੀ ਹੈ। ਇਸੇ ਵਾਸਤੇ ਇੱਕ ਵਿਦਵਾਨ ਕਹਿੰਦਾ ਹੋਰ ਧਰਮ ਦਾ ਕਿ ਭਾਈ ਕਵੀ ਲੋਕ ਪਰਮੇਸ਼ਵਰ ਦੀ ਰਚਨਾ ਤੋਂ 100 ਸਾਲ ਪਹਿਲਾਂ ਪੈਦਾ ਹੋਏ ਹੈ, ਪਹਿਲਾਂ ਵਾਹਿਗੁਰੂ ਨੇ
ਅੱਲਾ ਤਾਲਾ ਨੇ ਕਵੀ ਪੈਦਾ ਕੀਤੇ ਫਿਰ ਰਚਨਾ ਬਣਾਈ। ਉਹ ਕਵੀਆਂ ਨੇ ਫਿਰ ਕਾਵਿ ਰਚਨਾ ਸਿਰਜੀ ਕਿ ਇਸ ਤਰ੍ਹਾਂ ਦਰਖਤ ਹੈ, ਉਹ ਦਰਖਤ ਦੇ ਇਸ ਤਰ੍ਹਾਂ ਪੱਤੇ ਹੈ, ਫੁੱਲ ਹੈ, ਇਹੋ ਜਿਹਾ ਫਲ ਹੈ, ਪਹਿਲਾਂ ਉਹ ਇਹੋ ਜਿਹਾ, ਫਿਰ ਉਹ 'ਚ ਇਹੋ ਜਿਹਾ ਰਸ ਪੈਂਦਾ ਹੈ। ਫਿਰ ਉਹ ਜਿਹੜੀ ਮਰਿਆਦਾ ਇਹ ਕਵੀਆਂ ਦੀ ਦ੍ਰਿਸ਼ਟੀ ਹੁੰਦੀ ਆ ਵੀ ਅਗਾਂਹ ਦੀ ਅਗਾਂਹ ਸੂਸ਼ਮ ਬਿਰਤੀ ਹੋਣ ਦੇ ਨਾਤੇ ਉਹਦੇ ਵਿੱਚ ਫਿਰ ਸ਼ਿੰਗਾਰ ਭਰਨਾ, ਉਹਦੇ ਵਿੱਚ ਰਸ ਭਰਨਾ, ਉਹਨੂੰ ਇਹੋ ਜਿਹਾ ਬਣਾ ਦੇਣਾ ਵੀ ਸਾਹਮਣੇ ਨਕਸ਼ਾ ਪੇਸ਼ ਕਰ ਦੇਣਾ, ਇਹ ਕਵੀਆਂ ਦੀ ਮਰਿਆਦਾ ਹੁੰਦੀ ਹੈ। ਇਸ ਵਾਸਤੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਤੌਰ 'ਤੇ ਕੋਈ ਕਸਰ ਨਹੀਂ ਛੱਡੀ, ਗੁਰੂ ਦਾ ਜਸ ਜਦੋਂ ਕੀਤਾ ਕੋਈ ਪੱਖ ਨਹੀਂ ਰਹਿਣ ਦਿੱਤਾ, ਜਿੰਨੀ ਗੁਰੂ ਦੀ ਸਾਖੀ ਸੁਣੀ ਉੱਥੇ ਜਿੱਥੇ ਸੁੰਦਰਤਾ ਭਰਨੀ ਬਣਦੀ ਸੀ ਸੁੰਦਰਤਾ ਭਰ ਦਿੱਤੀ, ਜਿੱਥੇ ਗਿਆਨ ਭਰਨਾ ਸੀ ਉੱਥੇ ਗਿਆਨ ਜ਼ਿਕਰ ਕਰ ਦਿੱਤਾ, ਜਿੱਥੇ ਧਿਆਨ ਦਾ ਜ਼ਿਕਰ ਸੀ ਧਿਆਨ ਦਾ ਜ਼ਿਕਰ ਕਰ ਦਿੱਤਾ, ਜਿੱਥੇ ਮਹਾਰਾਜ ਪਾਤਸ਼ਾਹ ਜੀ ਦੀ ਜਿਵੇਂ ਵਡਿਆਈ ਸੀ ਉਹ ਆਪਣੇ ਤੌਰ 'ਤੇ ਕਵੀ ਸੰਤੋਖ ਸਿੰਘ ਜੀ ਨੇ ਬੜਾ ਸ਼ਿੰਗਾਰ ਪੈਦਾ ਕੀਤਾ ਇਸ ਰਚਨਾ ਦੇ ਵਿੱਚ ਆਪਣੀ ਭਾਵਨਾ ਦੁਆਰਾ। ਇਹ ਬਖਸ਼ਿਸ਼ ਤੋਂ ਬਿਨਾਂ ਨਹੀਂ ਦਾਤਾਂ ਮਿਲਦੀਆਂ। ਔਰ ਸਾਨੂੰ ਇੱਕ ਮਤ ਦੇ ਕੇ ਗਏ ਵੀ ਇਹ ਗੁਰੂ ਦਾ ਇਤਿਹਾਸ ਹੈ ਭਾਈ, ਜਿਵੇਂ ਬਜ਼ੁਰਗ ਤੁਰਨਾ ਸਿਖਾਉਂਦੇ ਆ ਨਾ ਵੀ ਐਂ ਤੁਰਿਓ ਤੁਸੀਂ, ਜਿਵੇਂ ਮਾਂ ਬਾਪ ਬੱਚੇ ਨੂੰ ਤੁਰਨਾ ਸਿਖਾਉਂਦਾ ਪਹਿਲਾਂ ਡੱਕਾ ਫੜਾ ਕੇ ਜਾਂ ਉਂਗਲ ਫੜਾ ਕੇ ਫਿਰ ਹੌਲੀ ਹੌਲੀ ਆਪ ਹੀ, ਇੱਦਾਂ ਹੀ ਕਵੀ ਸੰਤੋਖ ਸਿੰਘ ਸਾਡੇ ਬਜ਼ੁਰਗ ਸਾਨੂੰ ਇੱਕ ਮਤ ਦੇ ਕੇ ਗਏ ਹੈ ਇਹ ਲਿਖਤਾਂ ਜਿਹੜੀਆਂ, ਕਿ ਗੁਰੂ ਦਾ ਇਤਿਹਾਸ ਭਾਈ ਤੁਸੀਂ ਪੜ੍ਹਿਓ ਵਿਚਾਰਿਓ ਸੁਣਿਓ ਸੁਣਾਇਓ। ਔਰ ਉਹਦੇ ਵਿੱਚ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਦਾ ਇਤਿਹਾਸ ਸੁਣ ਕੇ ਇਹਦੇ 'ਚ ਰਸ ਬਣਾਇਆ, ਉਵੇਂ ਭਾਈ ਅਸੀਂ ਇਹਦੇ 'ਚ ਰਸ ਪੈਦਾ ਕਰਨਾ, ਅਸੀਂ ਵੀ ਆਪਣੀ ਸ਼ਰਧਾ ਦਾ ਇਜ਼ਹਾਰ ਕਰਨਾ, ਅਸੀਂ ਵੀ ਆਪਣੀ ਸ਼ਰਧਾ ਸਤਿਗੁਰਾਂ ਦੇ ਦਰ 'ਤੇ ਅਰਪਣ ਕਰਨੀ ਹੈ। ਉਹ ਸ਼ਰਧਾ ਵਾਲੀ ਵਡਿਆਈ ਅਸੀਂ ਕਰ ਸਕਦੇ ਹਾਂ ਕਿਉਂਕਿ ਗੁਰੂ ਕਾ ਸਿੱਖ ਸਾਨੂੰ ਇਹੋ ਹੀ ਮਤ ਦੇ ਕੇ ਗਿਆ। ਪਰ ਇਹ ਤੋਂ ਉਲਟ ਅਸੀਂ ਆਪਣੀ ਨੀਚ ਸੋਚ ਦਾ ਪ੍ਰਦਰਸ਼ਨ ਨਹੀਂ ਕਰਨਾ, ਇਹਦੇ ਵੱਲ ਕੋਈ ਉਂਗਲ ਨਹੀਂ ਕਰਨੀ ਕਿ ਕਵੀ ਸੰਤੋਖ ਸਿੰਘ ਜੀ ਨੇ ਤਾਂ ਇਹ ਲਿਖਿਆ ਜੀ ਇਹ ਕੀਤਾ ਜੀ। ਹਾਂ ਭਾਈ ਸਾਨੂੰ ਬਹੁਤ ਉੱਚੀ ਸੁੱਚੀ ਮਤ ਦੇ ਕੇ ਗਏ ਆ ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਗੁਰੂ ਦਾ ਜਸ ਕਰਦੇ ਹਾਂ। ਹਾਂ ਗੁਰੂ ਦਾ ਜਸ ਕਰਦੇ ਹੋਏ ਅਸੀਂ ਗੁਰੂ ਦੀ ਵਡਿਆਈ ਕਰਦੇ ਕਰਦੇ ਜਿੱਥੋਂ ਤੱਕ ਅੱਗੇ ਮਰਜ਼ੀ ਵਡਿਆਈ 'ਚ ਨਹੀਂ ਮਰਜ਼ੀ ਗਾ ਲਈਏ, ਕਿਉਂਕਿ ਵਡਿਆਈਆਂ ਤਾਂ ਗੁਰੂ ਪਾਤਸ਼ਾਹ ਜੀ ਦਾ ਅੰਤ ਹੈ ਨਹੀਂ ਹੈ, ਵਡਿਆਈਆਂ ਕਰਨ ਵਾਸਤੇ ਜੁੜੇ ਹਾਂ। ਇਹ ਕਵੀ ਸੰਤੋਖ ਸਿੰਘ ਜੀ ਨੇ ਵਡਿਆਈ ਕੀਤੀ ਹੈ ਅਤੇ ਅਸੀਂ ਵੀ ਵਡਿਆਈ ਗਾਸ ਕਰ ਰਹੇ ਹਾਂ ਸੁਣ ਰਹੇ ਹਾਂ। ਅਤੇ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਉਸ ਟਾਈਮ ਜਿਵੇਂ ਹੁਣ ਆਪਾਂ ਕਹਿਤਾ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰੂ ਸਰੂਪ ਹੋਏ ਜੋਤ ਉਹਾ ਜੁਗਤ ਸਾਏ, ਅਤੇ ਜੇ ਅੱਜ ਜੇਠਾ ਜੀ ਦੇ ਰੂਪ ਅੰਦਰ ਹੈ ਸਾਡੇ ਤਾਂ ਸਤਿਗੁਰੂ ਹੀ ਹੈ, ਸਿੱਖ ਕਿਉਂ ਸਰਧਾ ਆਪਦੀ ਹੌਲੀ ਕਰੇ, ਅਸੀਂ ਕਿਉਂ ਜੇ ਕੋਈ ਟਾਈਮ ਹੋ ਨਾਮ ਜੇਠਾ ਹੋਵੇਗਾ ਸਤਿਗੁਰਾਂ ਦਾ, ਪਰ ਭਾਈ ਸਾਡੇ ਤਾਂ ਸਤਿਗੁਰੂ ਹੈ। ਭਾਵੇਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਰੂਪ ਅੰਦਰ ਇਤਿਹਾਸ ਨੇ ਵੀ ਜ਼ਿਕਰ ਕੀਤਾ ਸੇਵਾ ਕਰ ਰਹੇ ਹੈ, ਪਰ ਸਾਡੇ ਸਤਿਗੁਰੂ ਹੋਣ ਕਰਕੇ ਅਸੀਂ ਤਾਂ ਭਾਈ ਸਤਿਗੁਰੂ ਹੀ ਆਖਣਾ, ਕਿਉਂਕਿ ਇਹੀ ਕਵੀ ਨੇ ਸਿਖਾਇਆ ਵੀ ਵਡਿਆਈ ਕਰਨੀ ਹੈ ਭਾਈ ਗੁਰੂ ਦੀ ਵਡਿਆਈ, ਉਹ ਵਡਿਆਈ ਨੂੰ ਘਟਾ ਕੇ ਨਹੀਂ ਕਰਨਾ, ਵਡਿਆਈ ਵਧਾ ਕੇ ਗਾਉਣੀ ਹੈ ਗੁਰੂ ਦੀ, ਉਹ ਵਡਿਆਈ ਹੈ ਭਾਈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਹੇ ਮਹਾਰਾਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਮੈਂ ਇੱਕੋ ਓਂਕਾਰ ਆਖਿਆ ਉਹ ਧੁਨ ਸੁਣਦਿਆਂ ਹੀ ਸਾਰੇ ਚਕਿਰਤ ਹੋ ਗਏ, ਅਚਰਜ ਹੈਰਾਨ ਜੇ ਹੋ ਗਏ। ਸਤਿਗੁਰ ਧੰਨ ਬਖਾਣਤ ਸਾਹੂ, ਹੇ ਸਤਿਗੁਰੂ ਜੀ ਸਾਹੂ ਬਾਦਸ਼ਾਹ ਅਕਬਰ ਤਾਂ ਉੱਥੇ ਧੰਨ ਧੰਨ ਕਰ ਉੱਠਿਆ, ਹੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਮਰੋ ਪ੍ਰਤਾਪ, ਆਪ ਜੀ ਦਾ ਪ੍ਰਤਾਪ ਸਾਰੇ ਬੜਾ ਫੈਲਿਆ। ਜਦੋਂ ਇੱਕ ਗਾਇਤਰੀ ਦਾ ਜਾਪ ਕੀਤਾ ਮਹਾਰਾਜ ਸਾਰੀ ਸਭਾ ਮੌਨ ਹੋ ਗਈ, ਚੁੱਪ ਹੋ ਗਈ, ਕੋਈ ਨਹੀਂ ਬੋਲਿਆ। ਸਤਿਗੁਰੂ ਪ੍ਰਸੰਨ ਸੁਣ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ,
ਕਹਾ ਤੁਮ ਆਨ ਮੈਂ। ਫਿਰ ਪੁੱਛਿਆ ਸਤਿਗੁਰੂ ਜੀ, ਕਹਿਣ ਲੱਗੇ ਹਾਂ ਰਾਮਦਾਸ ਜੀ, ਸਾਡੇ ਵਾਸਤੇ ਕੀ ਲੈ ਕੇ ਆਏ ਹੋ? ਵਿਸਾਲ ਵਿਖਿਆ ਚੱਲ ਗਏ ਹੋ, ਕਿਉਂਕਿ ਬੜੇ ਵੱਡੇ ਨਗਰ ਚ ਚੱਲ ਕੇ ਗਏ ਸੀ ਲਾਹੌਰ। ਇਸ ਵਾਸਤੇ ਉੱਥੋਂ ਕਿਹੜੀ ਵਸਤੂ ਲਿਆਉਣਾ ਕੀਤੀ ਹੈ? ਹੱਥ ਜੋੜ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਮਹਾਰਾਜ ਆਪ ਸਰਬ ਤਰ੍ਹਾਂ ਜਾਣਦੇ ਹੋ। ਮਹਾਰਾਜ ਇੱਕ ਬੜਾ ਸੁੰਦਰ ਵਸਤਰ ਸੀ ਜਿਵੇਂ ਆਪ ਜੀ ਨੂੰ ਪਹਿਨਾਇਆ, ਮਹਾਰਾਜ ਮੇਰੀ ਭਾਵਨਾ ਸੀ, ਔਰ ਇਹ ਮੇਰੀ ਭਾਵਨਾ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹੀ ਦਿਸਦੇ ਸੀ। ਇਹ ਵਡਿਆਈ ਸੀ ਕਿ ਹਰ ਟਾਈਮ ਹਾਜ਼ਰ ਨਾਜ਼ਰ, ਉਹਨਾਂ ਦੇ ਮਨ 'ਚ ਹੈ ਹੀ ਨਹੀਂ ਸੀ ਵੀ ਮੈਂ ਪਖੰਡ ਕਰ ਰਿਹਾ, ਇਹ ਹੈ ਨਹੀਂ ਸੀ ਗੱਲਬਾਤ। ਇਹੀ ਸੀ ਵੀ ਮਹਾਰਾਜ ਨੂੰ ਵਸਤਰ ਪਹਿਨਾ ਤੇ ਅਤੇ ਸਤਿਗੁਰਾਂ ਨੇ ਵਸਤਰ ਪਹਿਨ ਲਏ। ਹੁਣ ਗੱਲ ਤਾਂ ਭਾਵਨਾ ਦੀ ਹੈ ਭਾਈ, ਭਾਵਨਾ ਇੱਕ ਤਿਲ ਨਾ ਭੰਨੇ ਘਾਲੇ, ਅਤੇ ਜੇ ਭਾਵਨਾ ਨਹੀਂ ਹੈ ਹੁਣ ਮਹਾਰਾਜ ਵਾਸਤੇ ਤਾਂ ਆਪਾਂ ਜਿਹੜਾ ਸੈਂਟ ਲੈ ਕੇ ਆਉਣੇ ਹੈ ਜਾਂ ਧੂਫ ਲੈ ਕੇ ਆਉਣੇ ਹੈ ਉਹ 70 ਰੁਪਈਏ ਡੱਬਾ ਮਹਾਰਾਜ ਵਾਸਤੇ, ਸੈਂਟ ਲੈ ਕੇ ਆਉਣੇ ਹੈ ਜਿਹੜਾ ਮਹਾਰਾਜ ਵਾਸਤੇ ਉਹ 25-30-50-100 ਰੁਪਏ ਤੱਕ, ਐਡੀ ਕੁ ਉਂਗਲ ਕਰ ਗਈ ਸੀਸੀ ਹੁੰਦੀ ਹੈ, ਉਹ 2 ਕੁ ਪਚਕਾਰੀਆਂ ਜਿਹੀਆਂ ਮਾਰ ਕੇ ਬਸ ਫਤਿਹ। ਅਤੇ ਜਦੋਂ ਆਪਦੇ ਵਾਸਤੇ ਕੋਈ ਵਿਆਹ ਸ਼ਾਦੀ ਪੁਰਬ ਹੁੰਦਾ ਆਪਦੇ ਵਾਸਤੇ ਲਿਆਉਣੇ ਹੈ ਉਹ 500-500, 1000-1000 ਤਾਈਂ ਦੇ ਮਹਿੰਗੇ ਸੈਂਟ ਆਪਦੇ ਵਾਸਤੇ। ਅਤੇ ਜਿਹੜੀ ਭਾਵਨਾ ਉਹ ਇਹ ਕਹਿੰਦੀ ਹੈ ਵੀ ਆਪਣੇ ਵਸਤਰ ਖਰੀਦਣ ਤੋਂ ਪਹਿਲਾਂ ਬੇਸ ਕੀਮਤ ਆ, ਜੇ ਅਸੀਂ 10,000 ਦਾ ਇੱਕ ਵਸਤਰ ਖਰੀਦਿਆ ਨਾ ਆਪਣੇ ਵਾਸਤੇ, 5,000-5,000 ਦੇ, 3-3, 2-2 ਹਜ਼ਾਰ ਦੇ, ਤਾਂ ਸਤਿਗੁਰੂ ਦਾ ਉਦੋਂ ਥੋੜ੍ਹਾ ਜਿਹਾ ਮਹਿੰਗਾ ਹੋਵੇ, ਸਸਤਾ। ਭਾਵਨਾ ਤਾਂ ਇਹ ਕਹਿੰਦੀ ਹੈ, ਜਿੱਥੇ ਭਾਵਨਾ ਬਣ ਗਈ ਨਾ ਵੀ ਮਹਾਰਾਜ ਨੇ ਅੱਜ ਕੋਈ ਘਾਟ ਨਹੀਂ ਰੱਖੀ, ਅੱਜ ਸਤਿਗੁਰਾਂ ਦੇ ਦਰ ਵਾਸਤੇ ਐਸਾ ਵਸਤਰ ਹੋਵੇ ਜਿਹੜਾ ਕਿਸੇ ਨੇ ਵੀ ਨਾ ਪਹਿਨਿਆ ਹੋਵੇ, ਮੇਰੇ ਸਤਿਗੁਰੂ ਹੀ ਪਹਿਨਣ। ਭਾਵਨਾ ਤਾਂ ਇਹ ਕਹਿੰਦੀ ਹੈ ਵੀ ਸੈਂਟ ਮਹਾਰਾਜ ਵਾਸਤੇ ਉਹ ਲੈ ਕੇ ਜਾਣਾ ਦੁਨੀਆਂ 'ਤੇ ਕਿਸੇ ਨੇ ਛਿੜਕਿਆ ਨਾ ਹੋਵੇ, ਸਤਿਗੁਰੂ 'ਤੇ ਹੀ ਛਿੜਕਿਆ ਜਾਵੇ। ਭਾਵਨਾ ਤਾਂ ਇਹ ਕਹਿੰਦੀ ਹੈ ਵੀ 70 ਰੁਪਈਆਂ ਵਾਲੀ ਉਹ ਨਹੀਂ ਲਿਆ ਕੇ ਲਾਉਣੀ ਭਾਈ ਕੈਮੀਕਲ, ਜਾ ਐਵੇਂ ਨਹੀਂ ਧੂੰਆਂ ਕਰਨਾ ਮਹਾਰਾਜ ਦੇ ਦਰ 'ਤੇ। ਫਿਰ ਉੱਥੇ ਭਾਈ ਇਦੂ ਤਾਂ ਨਾ ਹੀ ਉਹ ਧੂਫ ਤਾਂ ਨਾ ਹੀ ਕਰੇ ਇਦੂ, ਹਾਂ ਭਾਈ ਕੋਈ ਹੋਵੇ ਮੁੱਲ, ਕੋਈ ਹੋਵੇ ਕੁਦਰਤੀ ਚੀਜ਼ ਜਿਹੜੀ ਸੁਗੰਧੀ ਪੈਦਾ ਕਰੇ, ਇਸ ਵਾਸਤੇ ਕੋਈ ਫਾਰਮੈਲਿਟੀ ਜੀ ਨਹੀਂ ਕਰਨੀ ਕੋਈ ਵੀ ਇਸ ਤਰ੍ਹਾਂ ਦੀ, ਮਤਲਬ ਕਿ ਮਰਿਆਦਾ ਜੀ ਆ ਵੀ ਹਾਂ ਇਹਦੇ ਬਿਨਾਂ ਸਰਨਾ ਨਹੀਂ, ਸਭ ਬਿਨਾਂ ਸਰਦਾ ਭਾਈ। ਮਹਾਰਾਜ ਪਾਤਸ਼ਾਹ ਜੀ ਦੇ ਦਰ ਪਾਤਸ਼ਾਹ ਨੂੰ ਨਾ ਸੈਂਟ ਦੀ ਲੋੜ ਹੈ, ਨਾ ਰੁਮਾਲੇ ਦੀ ਲੋੜ ਹੈ, ਨਾ ਧੂਫ ਦੀ ਲੋੜ ਹੈ, ਲੋੜ ਕਿਸੇ ਚੀਜ਼ ਦੀ ਨਹੀਂ। ਪਰ ਭਾਵਨਾ ਇਹ ਹੈ ਵੀ ਮਹਾਰਾਜ ਵਾਸਤੇ ਸਭ ਤੋਂ ਅਨਮੋਲ ਵਸਤੂ ਭੇਟ ਕਰਨੀ ਹੈ, ਸਭ ਤੋਂ ਕੀਮਤੀ ਵਸਤੂ ਮਹਾਰਾਜ ਨੂੰ ਭੇਟ ਕਰਨੀ ਹੈ, ਇਹ ਵਡਿਆਈ ਹੈ। ਆਹ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਿਖਾ ਦਿੱਤਾ ਮਹਾਰਾਜ ਵਾਸਤੇ ਵਸਤਰ ਆਪਣੀ ਭਾਵਨਾ ਨਾਲ ਹੀ ਪਹਿਨਾਤਾ ਵੀ ਇਹ ਵਸਤਰ ਤਾਂ ਸੱਚੇ ਪਾਤਸ਼ਾਹ ਜੀ ਵਾਸਤੇ ਚਾਹੀਦਾ। ਫਿਰ ਪਹਿਨਾ ਵੀ ਦਿੱਤਾ ਬਾਜ਼ਾਰ 'ਚ, ਮਹਾਰਾਜ ਪਹਿਨ ਲਓ ਪਾਤਸ਼ਾਹ ਮੇਰੀ ਭਾਵਨਾ ਅਜਾਈ ਨਾ ਜਾਵੇ। ਹਾਂ ਗਰੀਬ ਗਰੀਬ ਨਵਾਜ਼ ਪਾਤਸ਼ਾਹ ਜੀ ਮੈਂ ਚਾਹੁੰਦਾ, ਇੱਦਾਂ ਹੀ ਧਿਆਨ ਕਰਕੇ ਮਹਾਰਾਜ ਨੂੰ ਪਹਿਨਾ ਕੇ ਮਹਾਰਾਜ ਨੂੰ ਇਹੋ ਜਿਹਾ ਵਸਤਰ ਪੀਲਾ ਹੋਵੇਗਾ, ਨੀਲਾ ਹੋਵੇਗਾ, ਚਿੱਟਾ ਜਿਹੋ ਜਿਹਾ ਹੋਵੇਗਾ, ਉਹ ਆਈ ਭਾਵਨਾ ਨਾਲ ਪਹਿਨਾ ਕੇ ਉਹ ਭਾਈ ਗੁਰਸਿੱਖਾਂ ਦੇ ਐਸਿਆਂ ਦੇ ਦਰਸ਼ਨ ਹੋਏ ਹੈ। ਇੱਕ ਵਾਰੀ ਇੱਕ ਗੁਰਸਿੱਖ ਤੋਂ ਗੱਲ ਸੁਣੀ, ਉਹ ਕਹਿੰਦੇ ਗਦੂਦਾਂ ਦਾ ਆਪਰੇਸ਼ਨ ਕਰਨਾ ਸੀ, ਇੱਦਾਂ ਸਰੀਰ ਨੂੰ ਕੋਈ ਰੋਗ ਹੋ ਗਿਆ ਪਤਾ ਨਹੀਂ, ਅਤੇ ਕਹਿਣ ਲੱਗੇ ਵੀ ਜਦੋਂ ਡਾਕਟਰ ਦੇ ਲੈ ਕੇ ਗਏ ਨਾ, ਉਹ ਕਹਿੰਦੇ ਵੀ ਟੀਕਾ ਲਾਉਣਾ ਪਵੇਗਾ, ਜਿਹੜਾ ਸਰੀਰ ਸੁੰਨ ਬੇਹੋਸ਼ ਹੋ ਜਾਂਦਾ। ਜਦੋਂ ਟੀਕਾ ਲਾਉਣ ਲੱਗੇ ਕਹਿੰਦੇ ਵੀ ਗੱਲ ਸੁਣ ਲਾ ਪ੍ਰੇਮੀਆਂ, ਕੋਈ ਲੋੜ ਨਹੀਂ ਟੀਕਾ ਟੂਕਾ ਲਾਉਣ ਦੀ ਸੁੰਨਤਾ ਵਾਲਾ, ਤੂੰ ਆਪਣਾ ਕੰਮ ਆਰੰਭ ਕਰ। ਕਹਿੰਦੇ ਉਹਨਾਂ ਨੇ ਆਪਣਾ ਕੰਮ ਆਰੰਭ ਕਰ ਦਿੱਤਾ ਆਪਰੇਸ਼ਨ ਕਰਨਾ। ਪਹਿਲਾਂ ਕਿਹਾ ਬਾਬਾ ਜੀ ਦਰਦ ਬਹੁਤ ਹੋਊ, ਕਹਿੰਦੇ ਨਾ ਨਾ ਤੂੰ ਆਪਦਾ ਕਾਰਜ ਆਰੰਭ ਕਰ ਭਾਈ। ਕਹਿੰਦੇ ਅਸੀਂ ਦੀਦਾਰ ਕਰਨ ਲੱਗ ਗਏ, ਇੱਥੋਂ ਅਸੀਂ ਚੱਲ ਗਏ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਇਸ਼ਨਾਨ ਕੀਤਾ ਸਰੋਵਰ ਦਾ, ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਪ੍ਰਕਰਮਾ, ਉਸ ਤੋਂ ਬਾਅਦ ਚਲੇ ਗਏ ਤਖ਼ਤ ਸਾਹਿਬ, ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਫਿਰ ਆ ਗਏ ਸ਼੍ਰੀ ਪਟਨਾ ਸਾਹਿਬ, ਉੱਥੇ ਦਰਸ਼ਨ ਦੀਦਾਰ ਕਰਕੇ ਫਿਰ ਚਲੇ ਗਏ ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਉਹਨਾਂ ਗੁਰਧਾਮਾਂ ਦੇ ਦੀਦਾਰ ਕਰਕੇ ਫਿਰ ਚਲੇ ਗਏ
ਦਮਦਮਾ ਸਾਹਿਬ ਗੁਰੂ ਕਾ ਸੀ ਤਲਵੰਡੀ ਸਾਬੋ ਦੀ ਧਰਤੀ 'ਤੇ ਉੱਥੋਂ ਦਾ ਦਰਸ਼ਨ ਦੀਦਾਰ ਕਰਕੇ ਫਿਰ ਪੰਜਵੇਂ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਅਵਚਲ ਨਗਰ ਨੰਦੇੜ ਸਾਹਿਬ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਉੱਥੇ ਜਾ ਕੇ ਦਰਸ਼ਨ ਕਰਕੇ ਜਦੋਂ ਪਰਿਕਰਮਾ ਕੀਤੀ ਡਾਕਟਰ ਕਹਿੰਦੇ ਬਾਬਾ ਜੀ ਆਪਰੇਸ਼ਨ ਹੋ ਗਿਆ। ਇਹ ਤਾਂ ਭਾਵਨਾ ਦੀ ਗੱਲ ਹੈ ਭਾਈ, ਭਾਵਨਾ ਦੀ ਗੱਲ ਹੈ। ਹਾਂ ਇਹ ਇਹ ਇੱਕ ਝੂਠ ਵੀ ਹੋ ਸਕਦਾ, ਇਹ ਵੀ ਝੂਠੀ ਗੱਲ ਹੈ, ਪਖੰਡ ਵੀ ਹੋ ਸਕਦਾ, ਪਰ ਭਾਈ ਇੱਥੇ ਬੰਦ ਬੰਦ ਕਟਾਉਣ ਵਾਲਿਆਂ ਦੀ ਗੱਲਬਾਤ ਹੈ। ਉਹ ਕਰਨੀ ਬਜ਼ੁਰਗ ਅਵਸਥਾ ਦੇ ਵਿੱਚ ਉਹ ਉਮਰ ਦੇ ਵਿੱਚ ਜਦੋਂ ਮੌਤ ਦੇ ਨੇੜੇ, ਉਦੋਂ ਵੀ ਜਿਹਨਾਂ ਦਾ 24 12 12 ਘੰਟੇ 13 13 ਘੰਟੇ ਜਿਹਨਾਂ ਦਾ ਨਿਤਨੇਮ, ਉਹਨਾਂ ਦੀ ਗੱਲਬਾਤ ਹੈ। ਇਹੋ ਜਿਹੇ ਗੁਰਸਿੱਖ ਜਿਹੜੇ ਬਜ਼ੁਰਗ ਹੋਏ ਅੱਖਾਂ ਤੋਂ ਦੀਦਾ ਨਹੀਂ ਤਰਲੇ ਕਰਦੇ, ਮਿੰਨਤਾਂ ਕਰਦੇ ਕਿ ਸਾਨੂੰ ਕੋਈ ਗੁਰੂ ਕਾ ਸਿੱਖ ਨਿਤਨੇਮ ਸੁਣਾ ਦਿਓ, ਨਿਤਨੇਮ। ਅੱਜ ਮੇਰਾ ਨਿਤਨੇਮ ਨਹੀਂ ਹੋਇਆ, ਰੋਂਦੇ ਭੁੱਬਾਂ ਮਾਰ ਮਾਰ ਰੋਂਦੇ ਦਰਸ਼ਨ ਕੀਤੇ ਹੋਏ ਹੈ ਜਥਿਆਂ ਦੇ ਵਿੱਚ, ਜਿਹੜੇ ਤਰਲੇ ਕਰਦੇ ਸੀ ਕਿ ਨਿਤਨੇਮ ਸੁਣਾ ਦਿਓ, ਜੇ ਨਿਤਨੇਮ ਨਹੀਂ ਮੇਰਾ ਹੋਇਆ ਕਾਹਦਾ ਜੇ ਆਉਣਾ, ਇਦੋਂ ਤਾਂ ਮਹਾਰਾਜ ਚੱਕ ਹੀ ਲੈ, ਇਦੋਂ ਤਾਂ ਮਹਾਰਾਜ ਹੁਣ ਬਹੁਤ ਹੋ ਗਈ, ਹੁਣ ਨਿਤਨੇਮ ਹੀ ਨਹੀਂ ਹੋ ਰਿਹਾ। ਇਹ ਕਿਹੋ ਜਿਹੀ ਭਾਵਨਾ ਹੋਏਗੀ ਗੁਰਸਿੱਖਾਂ ਦੀ? ਹਾਂ ਭਾਈ, ਜਦੋਂ ਕੋਈ ਨਹੀਂ ਕੁਛ ਨਿਤਨੇਮ ਕਰਨਾ, ਕੋਈ ਗੱਲਬਾਤ ਨਹੀਂ, ਤਾਂ ਇਹ ਸਾਰੀ ਕੂੜ ਦੀ ਗੱਲਬਾਤ ਹੀ ਹੈ, ਮਨਮਤੀ ਹੈ, ਪਖੰਡੀ ਹੈ। ਪਰ ਪੁਰਾਣੇ ਗੁਰਸਿੱਖਾਂ ਦਾ ਐਸਾ ਜੀਵਨ ਹੈ। ਹੁਣ ਨਵੀਨਤਾ ਨਾਲੋਂ ਪੁਰਾਣੇ ਗੁਰੂ ਕੇ ਸਿੱਖਾਂ ਦੀ ਐਸੀ ਭਾਵਨਾ ਹੋਇਆ ਕਰਦੀ ਸੀ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਮਰਿਆਦਾ ਗੁਰੂ ਮਤ ਤੋਂ ਤੁਰੀ ਆਉਂਦੀ ਆ ਭਾਵਨਾ ਦੇ ਨਾਲ। ਦਰਸ਼ਨ ਦੀਦਾਰ ਕਹਿੰਦੇ ਹਾਂ ਨਾ, ਧਿਆਨ ਧਰ ਖਾਲਸਾ ਜੀ, ਕਿਹਦਾ ਧਿਆਨ ਧਰਦੇ ਹਾਂ? ਪੰਜੇ ਤਖਤਾਂ ਦਾ ਧਿਆਨ ਧਰਦੇ ਹਾਂ, ਗੁਰਧਾਮਾਂ ਦਾ ਧਿਆਨ ਧਰਦੇ ਹਾਂ। ਇਹ ਤਾਂ ਸਾਡੀ ਮਰਿਆਦਾ ਹੈ ਧਿਆਨ ਧਰਨਾ। ਧਿਆਨ ਧਰ ਕੇ ਦੀਦਾਰ ਸਫਲ ਮੰਨੇ ਜਾਂਦੇ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਧਿਆਨ ਦੀ ਮੁੱਢਲੀ ਪ੍ਰਕਿਰਿਆ ਸੁਲਤਾਨਪੁਰ ਸਾਹਿਬ 'ਤੇ ਦੱਸਤਾ। ਭਾਈ ਧਿਆਨ ਦੇ ਨਾਲ ਫਿਰਦੇ ਤਾਂ ਤੁਸੀਂ ਕਾਬਲ ਦੇ ਵਿੱਚੋਂ, ਫਿਰਦੇ ਤਾਂ ਤੁਸੀਂ ਭਾਈ ਆਪਣੇ ਘਰ ਵਿੱਚੋਂ, ਧਿਆਨ ਕਰੋ ਜਿੱਥੋਂ ਦਾ ਜਿਹਦਾ ਧਿਆਨ ਕਰਨਾ। ਉਹ ਮਰਿਆਦਾ ਗੁਰੂ ਪਾਤਸ਼ਾਹ ਜੀ ਨੇ ਦ੍ਰਿੜ ਕਰਾਈ ਹੈ। ਅਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਚੋਲਾ ਪਹਿਨਾਤਾ, ਕਹਿੰਦੇ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੂੰ ਪਾਵਨ ਜਾਮਾ ਪਹਿਨਾਇਆ ਜੀ, ਮਹਾਰਾਜ ਮੁੱਲ ਤਾਂ ਕੋਈ ਹੈ ਨਹੀਂ ਸੀ, ਬਿਨਾਂ ਮੁੱਲ ਤੋਂ ਹੀ ਆਪ ਜੀ ਨੂੰ ਭੇਟ ਕਰ ਦਿੱਤਾ ਮਹਾਰਾਜ। ਆਪ ਜੀ ਦੇ ਯੋਗ ਜਾਣਿਆ ਖਰੇ ਬਹੁਤ ਜ਼ਿਆਦਾ, ਇਸ ਕਰਕੇ ਆਪ ਜੀ ਦੇ ਯੋਗ ਜਾਣ ਕੇ ਪਹਿਨਾਇਆ ਆਪ ਜੀ ਨੂੰ ਮਹਾਰਾਜ। ਅੱਗੇ ਫਿਰ ਚੱਲਦਿਆਂ ਚੱਲਦਿਆਂ ਬਿਨਾਂ ਰੁੱਤ ਤੋਂ ਇੱਕ ਫਲ ਪਿਆ ਸੀ ਅੰਬ, ਰਸਾਲ ਨਾਮ ਰਸ ਅਲ ਰਸ ਦਾ ਘਰ ਮਹਾਰਾਜ, ਜਦੋਂ ਵੇਖਿਆ ਨਾ ਬੜੀ ਦੂਰ ਦੂਰ ਤੱਕ ਲਪਟਾਂ ਮਾਰਦੀਆਂ ਸੀ ਉਸ ਵਿੱਚੋਂ, ਤੇ ਮਹਾਰਾਜ ਰਸਿਆ ਪਿਆ ਸੀ, ਤੇ ਮੇਰੇ ਮਨ ਚ ਆਇਆ ਪਾਤਸ਼ਾਹ ਜੀ ਵਾਸਤੇ ਲੈ ਕੇ ਚੱਲੀਏ, ਬੜਾ ਸੁੰਦਰ ਲੱਗਿਆ ਮਹਾਰਾਜ। ਮੈਂ ਆਪ ਜੀ ਦੀ ਸੇਵਾ ਵਾਸਤੇ ਭੇਟ ਕਰਨ ਵਾਸਤੇ ਮੁੱਲ ਲੈ ਆਂਦਾ, ਬੜੀ ਛੇਤੀ ਕੀਤੀ ਰਸਤੇ ਵਿੱਚ ਆਪ ਜੀ ਦੇ ਦੀਦਾਰ ਪ੍ਰਸ਼ਨ ਵਾਸਤੇ ਮਹਾਰਾਜ, ਨੇੜੇ ਰਹਿ ਗਿਆ ਸੀ ਆਪ ਜੀ ਦੇ ਆਉਣ ਦੇ। ਪਾਤਸ਼ਾਹ ਜੀ ਉਹ ਪੱਕਿਆ ਹੋਇਆ ਸੀ ਜਿਸ ਕਰਕੇ ਰਸ ਚੋਣ ਲੱਗ ਪਿਆ ਉਸ ਦਾ, ਪਾਤਸ਼ਾਹ ਜੀ ਫੁੱਟ ਗਿਆ ਜਿਸ ਕਰਕੇ ਰਸ ਨੁਚੜਨ ਲੱਗ ਗਿਆ। ਅਸੀਂ ਚੱਲਦੇ ਭੈਰੋਂ ਵਾਲ ਥਾਂ ਤੇ ਪਹੁੰਚ ਚੁੱਕੇ ਸੀ ਉਦੋਂ ਮਹਾਰਾਜ, ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਧਿਆਨ ਕਰਕੇ ਉਹ ਵੀ ਆਪ ਜੀ ਨੂੰ ਅਰਪਣ ਕਰ ਦਿੱਤਾ, ਤੇ ਫਿਰ ਪਾਤਸ਼ਾਹ ਮੈਂ ਨਿਸੰਕ ਜਿਹਾ ਹੋ ਕੇ ਆਪਣੇ ਮੁੱਖ ਵਿੱਚ ਪਾ ਲਿਆ ਛਕ ਲਿਆ, ਜਿਵੇਂ ਅੱਜ ਕਹਿ ਦਿੰਦੇ ਆ ਨਾ ਕਿ ਅਸੀਂ ਕੌਲੀ ਪ੍ਰਸਾਦ ਦੀ ਕੱਢਦੇ ਹਾਂ, ਪੰਜਾਂ ਪਿਆਰਿਆਂ ਦਾ ਕੱਢਦੇ ਹਾਂ, ਮੁੜ ਕੇ ਕੌਲੀ ਕੱਢ ਕੇ ਮਾਰੂ ਰੱਖਦੇ, ਛਕ ਤਾਂ ਆਪ ਹੀ ਲੈਂਦੇ ਹੈ। ਉਹਨੂੰ ਭਲੇ ਲੋਕ ਨੂੰ ਇਹੀ ਨਹੀਂ ਪਤਾ ਵੀ ਉਹ ਜਿਹੜਾ ਕੌਲੀ ਵਿੱਚ ਪ੍ਰਸਾਦ ਕੱਢਦੇ ਨੇ ਉਹ ਤਾਂ ਗ੍ਰੰਥੀ ਸਿੰਘ ਦਾ ਪ੍ਰਸਾਦ ਕੱਢਦੇ ਹੁੰਦੇ ਹੈ। ਜਿਹੜਾ ਪੰਜ ਪਿਆਰੇ ਜਿੱਥੇ ਗੁਰੂ ਕੇ ਸਿੱਖ ਪੰਜ ਹੋਣ ਉੱਥੇ ਪੰਜ ਪਿਆਰਿਆਂ ਨੂੰ ਵਰਤਾ ਦਿੰਦੇ, ਗੁਰੂ ਘਰ ਦੀ ਮਰਿਆਦਾ ਹੈ ਵੀ ਉਹਨਾਂ ਪਿਆਰਿਆਂ ਦਾ ਹਿੱਸਾ ਵਰਤਾਰਾ ਕੱਢਣਾ, ਭਾਵੇਂ ਕਿ ਉਹ ਸਤਿਗੁਰੂ ਕਲੰਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਸੀ, ਪਰ ਗੁਰੂ ਘਰ ਦੀ ਮਰਿਆਦਾ ਪੰਚ ਪ੍ਰਧਾਨੀ ਹੋਣ ਕਰਕੇ ਉਹਨਾਂ ਪੰਜਾਂ ਦਾ ਵਰਤਾਰਾ ਰੱਖਣਾ। ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ ਦਾ ਵਰਤਾਰਾ, ਜੋ ਭਾਈ ਗ੍ਰੰਥੀ ਸਿੰਘ ਹੈ, ਇਹ ਸ਼੍ਰੋਮਣ ਪਦਵੀ ਹੈ, ਉਹਦਾ ਵੀ ਭਾਈ ਵਰਤਾਰਾ। ਉਸ ਤੋਂ ਬਾਅਦ ਪ੍ਰਸਾਦ ਵਰਤਾਉਣਾ ਸੰਗਤ ਨੂੰ,
ਭੋਗ ਤਾਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਰਦਾਸ ਕਰਦੇ ਆ ਨਾ, ਜਿਹਨੂੰ ਹੁਣ ਤਾਂ ਇਹ ਕਹਿ ਦਿੰਦੇ ਆ ਭਾਈ ਵੀ ਜਿਵੇਂ ਦਰ ਪ੍ਰਵਾਨ ਕਰਨਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਕਹਿੰਦੇ ਆ, ਪਰ ਇਹ ਦਰ ਪ੍ਰਵਾਨ ਕਰਨਾ ਜਿਹੜੇ ਪੁਰਾਣੇ ਗੁਰੂ ਕੇ ਸਿੱਖ ਸੀ ਨਾ ਪੁਰਾਤਨ, ਜਿਵੇਂ ਰੋਹ ਰੀਤ ਤੁਰੀ ਆਉਂਦੀ ਆ ਪੁਰਾਤਨ ਗੁਰਮੁਖਾਂ ਦੀ, ਟਕਸਾਲਾਂ ਦੀ, ਜਥੇਬੰਦੀਆਂ ਦੀ, ਸੰਪਰਦਾਵਾਂ ਦੀ, ਉਹ ਇਹ ਸੀ ਵੀ ਉਹੀ ਸ਼ਬਦ ਬੋਲਿਆ ਜਾਂਦਾ ਜਿਹੜਾ ਕੋਈ ਪ੍ਰਮਾਣਿਤ ਹੋਵੇ ਗੁਰਬਾਣੀ ਵਿੱਚ, ਗੁਰ ਇਤਿਹਾਸ ਵਿੱਚ, ਰਹਿਤਨਾਮਿਆਂ ਵਿੱਚ। ਜਿਹੜਾ ਇਹ ਭੋਗ ਲਾ ਉਹ ਸ਼ਬਦ ਹੈ, ਇਹ ਰਹਿਤਨਾਮਿਆਂ ਵਿੱਚ ਵੀ ਪ੍ਰਵਾਨਿਤ ਹੈ, ਗੁਰਬਾਣੀ ਵਿੱਚ ਵੀ ਪ੍ਰਵਾਨਿਤ ਹੈ, ਇਤਿਹਾਸ ਵਿੱਚ ਵੀ ਪ੍ਰਵਾਨਿਤ ਹੈ। ਅਤੇ ਜਿਹੜਾ ਪ੍ਰਵਾਨ ਕਰਨਾ ਇਹ ਤਾਂ ਕਿਤੇ ਵਿਚਾਰਿਆ ਵਿਚੂਰਿਆ ਜਾ ਤਾਂ ਹੈ ਨਹੀਂ ਗਾ ਵੀ ਕਿੱਥੇ ਪ੍ਰਵਾਨਿਤ ਹੈ, ਪਰ ਪ੍ਰਵਾਨ ਕਰਨਾ ਸਾਰੇ ਆਖੀ ਜਾਂਦੇ ਵੀ ਹਾਂਜੀ ਹੁਣ ਪ੍ਰਵਾਨ ਕਰਨਾ ਉਹ ਹੈ ਵੀ ਮਹਾਰਾਜ ਪਾਤਸ਼ਾਹ ਜੀ ਨੂੰ ਕਹਿਤਾ ਵੀ ਮਾਰੇ ਪ੍ਰਵਾਨ ਕਰਨਾ, ਤੁਸੀਂ ਪ੍ਰਵਾਨ ਕਰਨਾ ਸਿਰਫ ਛਕਣਾ ਦੀ ਛਕਣਾ ਅਸੀਂ ਹੈ। ਜਿਹੜਾ ਪ੍ਰਚਾਰ ਕਰਦੇ ਹਾਂ ਨਾ ਭਾਈ ਆਪਣੇ ਹੀ ਪ੍ਰਚਾਰ ਕਰੀ ਜਾਂਦੇ ਵੀ ਕਹਿ ਦਿੰਦੇ ਹਾਂ ਵੀ ਮਾਰੇ ਪ੍ਰਵਾਨ ਤੁਸੀਂ ਕਰ ਲਿਓ, ਛਕਾਂਗੇ ਅਸੀਂ। ਅਤੇ ਭਾਵਨਾ ਵਾਲੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ, ਕਰੀ ਪਾਕਸ਼ਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਹੇ ਹਰੀ ਰਾਜੇ ਵਾਹਿਗੁਰੂ, ਪਾਕਸ਼ਾਲ ਰਸੋਈ ਸਿੱਧ ਕਰਕੇ ਆਪ ਜੀ ਦੇ ਦਰ 'ਤੇ ਲੈ ਆਉਂਦੀ ਹੈ, ਆਪ ਜੀ ਭੋਗ ਲਗਾਓ ਮਹਾਰਾਜ। ਇਹ ਗੁਰੂ ਘਰ ਦੀ ਮਰਿਆਦਾ ਹੈ ਭਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਾਂ ਪ੍ਰਸਾਦ ਪਾਣੀ ਛਕਾਉਣੇ ਹੈ, ਇਹ ਪ੍ਰਸਾਦ ਦੀ ਮਰਿਆਦਾ ਵੀ ਇਹਨੂੰ ਹੱਥ ਨਹੀਂ ਲੱਗਣਾ ਚਾਹੀਦਾ, ਹੱਥ ਨਹੀਂ ਲੱਗਣਾ ਚਾਹੀਦਾ ਅੰਮ੍ਰਿਤ ਕੜਾਹ ਪ੍ਰਸਾਦ ਦੀ ਦੇਗ ਨੂੰ। ਜਿਸ ਤਰ੍ਹਾਂ ਪਹਿਲਾਂ ਵਸਤਰ ਸੋਧ ਲਏ, ਬਰਤਨ ਸੋਧ ਲਏ, ਸੋਧਣ ਤੋਂ ਬਾਅਦ ਘਿਓ ਪਾ ਦਿੱਤਾ, ਵਿਵੇਕ ਦੀ ਮਰਿਆਦਾ ਇਹ ਆ ਵੀ ਘਿਓ ਜੂਠਾ ਨਹੀਂ ਹੁੰਦਾ, ਖੰਡ ਪਾ ਪਹਿਲਾਂ ਚਾਸ਼ ਤਿਆਰ ਕਰ ਲਈ, ਉਹਨੂੰ ਪੁਣ ਲਿਆ, ਜਿਹੜੀ ਰਹਿਤਨਾਮਿਆਂ ਦੀ ਮਰਿਆਦਾ। ਉਸ ਤੋਂ ਬਾਅਦ ਫਿਰ ਘਿਓ ਅਤੇ ਆਟਾ ਜਦੋਂ ਉਹ ਬਦਾਮੀ ਜਿਹਾ ਰੰਗ ਹੋ ਜਾਏ, ਸੁਗੰਧੀ ਜੀ ਆਉਣ ਲੱਗ ਜਾਏ ਮੱਠੀ ਮੱਠੀ ਅੱਗ 'ਤੇ, ਫਿਰ ਉਹਦੇ ਵਿੱਚ ਉਹ ਚਾਸਣੀ ਤਿੰਨ ਵਾਰੀ ਪਾ ਦੇਣੀ ਆ ਵੀ ਨਾ ਬਹੁਤੀ ਨਾ ਘੱਟ, ਨਾ ਲੇਵੀ ਜੀ ਬਣੇ, ਵੀ ਉਹ ਪ੍ਰਸਾਦ ਬਣ ਜਾਏ, ਖੁਰਚਣੇ ਨਾਲ ਨਾ ਲੱਗੇ, ਕੜਾਹੀ ਦੇ ਵਿੱਚ ਘੁੰਮਣ ਲੱਗ ਜਾਏ। ਉਦੋਂ ਫਿਰ ਉਸ ਨੂੰ ਕੁੰਡਿਆਂ ਤੋਂ ਫੜ ਕੇ ਚੁੱਕਣਾ, ਬਰਤਨ ਦੇ ਵਿੱਚ ਪਾ ਦੇਣਾ ਅਤੇ ਉੱਤੋਂ ਢੱਕ ਕੇ ਮਰ ਦੇ ਹਜੂਰ ਲੈ ਆਉਣਾ, ਹੱਥ ਨਹੀਂ ਲੱਗਣ ਦੇਣਾ ਦੇਗ ਨੂੰ। ਜਿਹੜੀ ਸਿੱਖੀ ਹੋਈ ਮਰਿਆਦਾ ਪੁਰਾਤਨ ਗੁਰੂ ਕੇ ਸਿੱਖਾਂ ਤੋਂ, ਭਾਵਨਾ ਵਾਲਿਆਂ ਤੋਂ, ਕਿ ਭਾਈ ਇਹ ਤਾਂ ਮਹਾਰਾਜ ਦੀ ਰਸਨਾ ਲੈ ਕੇ ਹੁੰਦੀ ਹੈ, ਆਪਣਾ ਜਿਹੜਾ ਹੱਥ ਹੈ ਨਾ ਇਹਨੂੰ ਮੁੜਕਾ ਮੁੜਕਾ ਆਉਂਦਾ ਰਹਿੰਦਾ, ਇਹ ਹੱਥ ਉਸ ਦੇਗ ਨੂੰ ਬਣੇ ਪ੍ਰਸਾਦ ਨੂੰ ਹੱਥ ਨਹੀਂ ਲੱਗਣਾ ਚਾਹੀਦਾ। ਔਰ ਜਦੋਂ ਪੜ੍ਹਦੇ ਹਾਂ ਵਿਦਿਆਰਥੀ ਰੂਪ ਦੇ ਅੰਦਰ, ਉਦੋਂ ਇਹ ਮਰਿਆਦਾ ਸਿਖਾਈ ਜਾਂਦੀ ਆ ਵੀ ਜਦੋਂ ਭਾਈ ਕੜਾਹ ਪ੍ਰਸਾਦ ਦੀ ਦੇਗ ਬਣਾਉਣੀ ਆ, ਤੇਰਾ ਹੱਥ ਨਹੀਂ ਕੜਾਹ ਪ੍ਰਸਾਦ ਦੀ ਦੇਗ ਨੂੰ ਲੱਗਣਾ ਚਾਹੀਦਾ। ਜਦੋਂ ਘਿਓ ਪੈ ਗਿਆ ਤੂੰ ਜਪਜੀ ਸਾਹਿਬ ਆਰੰਭ ਕਰ ਦੇਵੀਂ, ਅਤੇ ਅਖੀਰ 'ਤੇ ਆਨੰਦ ਸਾਹਿਬ ਦੀ ਸੰਪੂਰਨਤਾ ਕਰਕੇ ਫਿਰ ਮਹਾਰਾਜ ਪਾਤਸ਼ਾਹ ਜੀ ਨੂੰ ਅਰਦਾਸ ਬੇਨਤੀ ਕਰਨੀ ਹੈ। ਫਿਰ ਗੁਰੂ ਕੇ ਸਿੱਖ ਅਰਦਾਸ ਬੇਨਤੀ ਕਰਕੇ ਆਖਦੇ ਹੈ, ਹੇ ਪਾਤਸ਼ਾਹ ਕਰੀ ਪਾਕਸ਼ਾਲ ਸੋਚ ਪਵਿੱਤਰਾ, ਹੁਣ ਪਵਿੱਤਰ ਰਸੋਈ ਤਿਆਰ ਕੀਤੀ ਹੈ, ਹੁਣ ਲਾਭ ਭੋਗ ਹਰ ਰਾਏ। ਪੰਥ ਨੇ ਆਖਿਆ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਪਰੇ ਸਾਦ, ਭਾਈ ਸਾਰੇ ਸਵਾਦਾਂ ਤੋਂ ਪਰੇ ਜਿਹੜਾ ਸਵਾਦ ਹੈ ਉਹ ਕੜਾਹ ਪ੍ਰਸਾਦ ਦੀ ਦੇਗ ਦਾ ਹੈ, ਜਿਸ ਨੂੰ ਅੰਮ੍ਰਿਤ ਪ੍ਰਸਾਦ ਆਖਿਆ ਜਾਂਦਾ ਹੈ, ਜਿਹਨੂੰ ਖੁਦ ਸੱਚੇ ਪਾਤਸ਼ਾਹ ਵੀ ਭੋਗ ਲਗਾਉਂਦੇ ਹੈ। ਸਤਿਗੁਰੂ ਕਲੰਗੀਧਰ ਪਿਤਾ ਜੀ ਨੇ ਇਹ ਮਰਿਆਦਾ ਬੰਧਨਾ ਕੀਤੀ ਹੈ, ਜਿਹੜਾ ਭਾਵਨਾ ਰੱਖਦਾ ਭਾਵੋਂ ਉਹਨਾਂ ਲਈ ਸਭ ਕੁਛ ਹੈ ਭਾਈ, ਉਹਨਾਂ ਲਈ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭੋਗ ਲਗਾਉਂਦੇ ਹੈ, ਉਹ ਦੇਖ ਛਕਦੇ ਹੈ, ਭਾਵਨਾ ਹੈ। ਆ ਭਾਵਨਾ ਦੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਅੰਬ ਭੇਟ ਕਰਤਾ, ਵਸਤਰ ਪਹਿਨਾਤਾ, ਉਹ ਵੀ ਛਕਾਤਾ, ਭਾਵਨਾ ਦੀ ਗੱਲ ਹੈ। ਜਦੋਂ ਭਾਵਨਾ ਮੁੱਕ ਗਈ ਉਦੋਂ ਤਾਂ ਫਿਰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਹਾਜ਼ ਵੀ ਨਹੀਂ ਕੱਢਿਆ ਸਮੁੰਦਰ ਵਿੱਚੋਂ ਮੱਖਣ ਸਾਹ ਦਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਦੀ ਵਿੱਚ 3 ਦਿਨ ਰਹਿ ਕੇ ਸੱਚਖੰਡ ਵੀ ਨਹੀਂ ਗਏ, ਫਿਰ ਤਾਂ ਸਾਰੀ ਮਰਿਆਦਾ ਹੀ ਭਾਈ ਖਤਮ ਹੈ, ਫਿਰ ਤਾਂ ਇਕੱਲੀ ਸਾਡੀ ਤਰਕ ਹੀ ਤਰਕ ਹੈ ਵੀ ਆਹ ਕੁਛ ਹੋ ਸਕਦਾ ਆਹ ਨਹੀਂ ਹੋ ਸਕਦਾ। ਅਤੇ ਜਦੋਂ ਭਾਵਨਾ ਹੈ, ਭਾਵਨਾ ਦੇ ਨਾਲ ਜਹਾਜ਼ ਵੀ ਬੰਨੇ ਲਾਇਆ ਮਹਾਰਾਜ ਨੇ, ਫਿਰ ਉਹ ਗੁਰੂ ਕਾ ਸਿੱਖ ਆ ਕੇ ਇੱਥੇ ਪ੍ਰਤੱਖ ਉਹਦੀਆਂ ਨਿਸ਼ਾਨੀਆਂ ਉਹ ਪ੍ਰਗਟ ਕਰਕੇ ਗਿਆ ਗੱਲਬਾਤ, ਉਹ ਸਰੂਪ ਅੱਜ ਜਿਹਦੇ ਦਰਸ਼ਨ ਹੁੰਦੇ, ਜਿਹੜਾ
ਤੇ ਉਹ ਨਦੀ ਦੀ ਭੇਟ ਕੀਤਾ, ਵਿਆਸਾ ਦੇ ਭੇਟ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿ ਵੱਡਿਆਂ ਦੀਆਂ ਨਿਸ਼ਾਨੀਆਂ। ਉਹ ਸਾਰੇ ਇਤਿਹਾਸ ਨੂੰ ਅੱਜ ਤਰਕ ਵਾਲੇ ਇੱਕੇਦਮ ਹੀ ਸਾਰੇ ਇਤਿਹਾਸ ਨੂੰ ਉਹ ਰਿਜੈਕਟ ਕਰੀ ਜਾਂਦੇ ਵੀ ਅਸੀਂ ਨਹੀਂ ਇਹਨੂੰ ਮੰਨਦੇ। ਐਡੇ ਵੱਡੇ ਇਤਿਹਾਸ ਨੂੰ ਇੰਨੀ ਵੱਡੀ ਸ਼ਰਧਾ, ਗੁਰੂ ਘਰ ਦੀ ਆਸਥਾ 'ਤੇ ਇੱਕੇ ਵਾਰੀ ਸੱਟ ਮਾਰਦੇ ਆ। ਇਸ ਵਾਸਤੇ ਗੁਰੂ ਘਰ ਦੀ ਮਰਿਆਦਾ ਹੈ ਭਾਈ ਭਾਵਨਾ, ਅਤੇ ਭਾਵਨਾ ਦੇ ਨਾਲ ਹੀ ਗਰੀਬ ਨਿਵਾਜ ਪਾਤਸ਼ਾਹ ਜੀ ਅਤੇ ਇਸ ਵਾਸਤੇ ਪ੍ਰਸੰਨ ਹੁੰਦੇ ਆ। ਭਾਵੋਂ ਹੀ ਬਿਦ ਤੇ ਦੇਵਾ, ਦੇਵਾ ਪ੍ਰਕਾਸ਼ ਰੂਪ ਵਾਹਿਗੁਰੂ ਭਾਵਨਾ ਨਾਲ ਪ੍ਰਗਟ ਹੁੰਦੇ ਆ। ਇਸ ਵਾਸਤੇ ਇਹ ਜਨ ਹੇ ਭਾਈ ਜਨ ਸਭ ਕਾਲ ਹਰ ਟਾਈਮ ਸ਼ਰਧਾ ਭਾਵਨਾ ਰੱਖਣੀ ਹੈ ਗੁਰੂ ਪਾਤਸ਼ਾਹ ਜੀ ਤੇ। ਇਸ ਵਾਸਤੇ ਪੂਰਨ ਸਭ ਘਟ ਵਿਖੇ ਕਿਰਪਾਲ, ਰੱਖੋ ਸ਼ਰਧਾ ਜਨ ਸਭ ਕਾਲ। ਹੇ ਸੱਚੇ ਪਾਤਸ਼ਾਹ ਜੀ ਆਪ ਸਰਬ ਕਲਾ ਸਮਰੱਥ ਪੂਰਨ, ਆਪਣੇ ਜਨਾਂ ਦੀ ਸਰਬ ਟਾਈਮ ਸ਼ਰਧਾ ਪੂਰੀ ਕਰਦੇ ਹੋ ਜੀ। ਹੇ ਮਹਾਰਾਜ, ਇਹ ਜਿਹੜਾ ਫਲ ਸੀ ਰਾਵਰ ਕਹੀਏ, ਇਹ ਭੋਗਤ ਹੈ ਇਹ ਰਾਵਰ ਯੋਗ। ਮਹਾਰਾਜ, ਅਰਪਿਤ ਜੇ ਤੁਮਕੋ ਜਨ ਲੋਗ, ਜਿਹੜੇ ਜਨ ਆਪ ਜੀ ਨੂੰ ਅਰਪਿਤ ਭੇਟ ਕਰਦੇ ਆ ਜਨ ਦਾਸ ਬਣ ਕੇ, ਕਿ ਇਹ ਮਹਾਰਾਜ ਆਪ ਜੀ ਦੇ ਯੋਗ ਹੈ। ਪ੍ਰੇਮ ਮਗਨ ਸਤਿਗੁਰੂ ਸੁਣਾਇਬ, ਪ੍ਰੇਮ ਦੇ ਵਿੱਚ ਮਗਨ ਹੋ ਕੇ, ਪੂਰੇ ਪ੍ਰੇਮ ਦੇ ਵਿੱਚ ਹੋ ਕੇ ਸੱਚੇ ਪਾਤਸ਼ਾਹ ਜੀ ਨੇ ਫਿਰ ਸੁਣਾਉਣਾ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ। ਕਹਿੰਦੇ ਭਾਈ ਪ੍ਰੇਮੀਆਂ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਜਿਹੜਾ ਤੂੰ ਸੁੰਦਰ ਫਲ ਸਾਡੇ ਵਾਸਤੇ ਲਿਆਉਣਾ ਕੀਤਾ, ਉਹ ਅਸੀਂ ਮਹਾਰਾਜ ਕਹਿੰਦੇ ਛਕ ਲਿਆ। ਉਹ ਭਾਈ ਜਿਹੜੀ ਗੁਠਲੀ ਗਿੜਕ ਹੈ ਨਾ, ਉਹ ਪਈ ਹੈ। ਤਦੋਂ ਬੱਲੂ ਜੀ ਨੇ ਉਹ ਲਿਆ ਕੇ ਵਿਖਾਉਣਾ ਕੀਤੀ। ਇਸ ਵਾਸਤੇ ਇਹ ਸਰਦਾ ਨਿਰੀਕਲਾ ਪਖੰਡੀ ਨਹੀਂ, ਵੀ ਮਹਾਰਾਜ ਪਾਤਸ਼ਾਹ ਜੀ ਨੇ ਇਹ ਦੇਖਿਆ ਵੀ ਸਮੇਂ ਅਨੁਸਾਰ ਇਹੋ ਜਿਹੇ ਪੈਦਾ ਹੋਣਗੇ, ਜਿਹੜੇ ਇਹ ਵੀ ਸੋਚ ਜਾਣਗੇ ਵੀ ਮਹਾਰਾਜ ਨੇ ਸਿਖਾਤਾ ਸੀ। ਜਿਵੇਂ ਕਹਿੰਦੇ ਗੁਰੂ ਕਲੰਗੀਧਰ ਜੀ ਨੇ ਸਿਖਾਤਾ ਰਾਤ ਨੂੰ ਬੱਕਰੇ ਬਣ ਤੇ ਤੰਬੂ ਦੇ ਵਿੱਚ, ਐਂ ਮਹਾਰਾਜ ਪਾਤਸ਼ਾਹ ਜੀ ਜਾਣਦੇ ਸੀ ਵੀ ਇਹੋ ਜਿਹੀ ਤਰਕ ਵਾਲੇ ਪੈਦਾ ਹੋਣਗੇ, ਇਹੋ ਜਿਹੀ ਭਾਵਨਾ ਹੋਊ ਉਹਨਾਂ ਦੀ, ਐਂ ਵੀ ਸੋਚ ਜਾਇਆ ਕਰਨਗੇ ਉਹ। ਗੁਰੂ ਪਿਤਾ ਕਾ ਜਨਮ ਕੇ ਜਾਣੈ ਪੂਤ, ਆਪਣੇ ਪਿਤਾ ਦੀ ਕਿਰਿਆ 'ਤੇ ਵੀ ਸ਼ੱਕ ਕਰਨਗੇ, ਗੁਰੂ ਦੀ ਕਿਰਿਆ 'ਤੇ ਵੀ ਸ਼ੱਕ ਕਰਨਗੇ। ਮਹਾਰਾਜ ਨੂੰ ਪਤਾ ਸੀ ਆਉਣ ਅੱਜ ਦੇ ਟਾਈਮ ਦਾ 2018 ਦਾ, ਜਿਸ ਕਰਕੇ ਪਾਤਸ਼ਾਹ ਜੀ ਨੇ ਉਹ ਭਾਵਨਾ ਪ੍ਰਗਟ ਕੀਤੀ। ਕਹਿੰਦੇ ਜਾ ਭਾਈ ਲੈ ਕੇ ਆਓ ਦਿਖਾ, ਕਿਤੇ ਗੁਰੂ ਕੇ ਸਿੱਖ ਇਹ ਨਾ ਸੋਚਣ ਵੀ ਮਹਾਰਾਜ ਨੇ ਆਪ ਉਸ ਤਰ੍ਹਾਂ ਜਿਵੇਂ ਵਸਤਰ ਪਹਿਨ ਲਿਆ, ਇਸੇ ਤਰ੍ਹਾਂ ਹੀ ਮਹਾਰਾਜ ਨੇ ਫਲ ਛੱਕ ਲਿਆ। ਉੱਦਾਂ ਮਹਾਰਾਜ ਨੇ ਪ੍ਰਤੱਖ ਉਹ ਨਿਸ਼ਾਨੀ ਵਿਖਾ ਦਿੱਤੀ ਗੁਰੂ, ਕਿਉਂਕਿ ਆਪਣੇ ਸੇਵਕ ਦੀ ਵਡਿਆਈ ਪ੍ਰਗਟ ਕਰਨੀ ਹੈ ਪਾਤਸ਼ਾਹ ਜੀ ਨੇ। ਉਹ ਜਿਹੜੀ ਵਡਿਆਈ ਹੈ ਫਿਰ ਉਹਦੇ ਵਾਸਤੇ ਪ੍ਰਤੱਖ ਸਰੋਤਾਂ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਭਾਵਨਾ ਬਣੀ ਰਹੇ। ਮਹਾਰਾਜ ਨੇ ਪੈਸੇ ਨਹੀਂ ਮੰਗੇ ਸੀ ਵੀ ਮੈਨੂੰ ਭਾਈ ਉਹ ਮਾਇਆ ਦੇ ਮੇਰੀ ਪੰਜ ਜਿਹੜੀ ਤੂੰ ਮੋਹਰ ਸੁੱਖੀ ਹੈ। ਮਹਾਰਾਜ ਨੇ ਆਪਣੇ ਸਿੱਖ ਦੀ ਭਾਵਨਾ ਪ੍ਰਗਟ ਕੀਤੀ ਸੀ ਵੀ ਤੂੰ ਭਾਵਨਾ ਜਿਹੜੀ ਕੀਤੀ ਸੀ ਨਾ ਗੁਰੂ ਨਾਨਕ ਦੇ ਦਰ 'ਤੇ ਉਹ ਤੇਰੀ ਪੂਰੀ ਹੋਈ ਪ੍ਰੇਮੀਆਂ, ਹੁਣ ਇਮਾਨਤ 'ਚ ਖਿਆਨਤ ਤਾਂ ਰੱਖ, ਹੁਣ ਭਾਵਨਾ ਆਪਣੀ ਜਿਉਂ ਦੀ ਤਿਉਂ ਰੱਖ, ਭਾਵਨਾ ਵਿੱਚ ਹੁਣ ਕਿਉਂ ਫਰਕ ਲਾਇਆ ਆ, ਸਮੁੰਦਰ 'ਚੋਂ ਤੇਰਾ ਬੇੜਾ ਬੰਨੇ ਲੱਗ ਗਿਆ, ਹੁਣ ਤੂੰ ਫਰਕ ਕਰਦੈਂ। ਬਸ ਉਸ ਟਾਈਮ ਹੀ ਮੋਢਾ ਤਾਂ ਮਹਾਰਾਜ ਦਾ ਪਹਿਲਾਂ ਹੀ ਉਸ ਤਰ੍ਹਾਂ ਨਗਨ ਹੋਵੇਗਾ, ਹਲਦੀ ਲੱਗੀ ਜਾਂ ਜਿਹੜੀ ਦਵਾਈ ਬੂਟੀ ਲੱਗੀ ਹੋਵੇਗੀ ਉਹ ਤਾਂ ਪਹਿਲਾਂ ਹੀ ਉਸ ਤਰ੍ਹਾਂ ਹੋਵੇਗਾ, ਸਾਂਕਾ ਤਾਂ ਪਹਿਲਾਂ ਹੀ ਬਣਿਆ ਪਿਆ ਹੋਵੇਗਾ, ਵੀ ਇਹ ਕੀ ਗੱਲਬਾਤ ਹੋਈ। ਮਹਾਰਾਜ ਨੇ ਦੱਸਿਆ ਵੀ ਜਿਹੜੀ ਸਰਦਾ ਤੇਰੇ ਸਮੁੰਦਰ 'ਚ ਜਹਾਜ਼ ਬੰਨੇ ਲੱਗ ਗਿਆ ਭਾਈ, ਭਲਿਆ ਲੋਕਾ ਜਹਾਜ਼ ਤੇਰਾ ਮੋਢਾ ਲਾਉਂਦੇ ਅਸੀਂ ਰਹਿ ਗਏ, ਉਹ ਸਾਰੀ ਮਰਿਆਦਾ ਸਮਝ ਗਿਆ, ਚਰਨਾਂ 'ਤੇ ਸਿਰ ਰੱਖਤਾ। ਐਦਾਂ ਮਹਾਰਾਜ ਆਪਣੇ ਸਿੱਖ ਦੀ ਭਾਈ ਜਿੱਥੇ ਆਸ ਪੂਰੀ ਕਰਦੇ ਉੱਥੇ ਭਾਵਨਾ ਵੀ ਪੂਰੀ ਕਰਦੇ ਹੈ, ਵੀ ਉਹਦੇ ਮਨ ਦਾ ਸੰਕਾ ਜਾਂ ਨਾ ਰਹਿ ਜਾਵੇ। ਤਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਸਾਰੇ ਜਿੰਨੇ ਗੁਰੂ ਕੇ ਸਿੱਖ ਸੀ ਗਣ ਕਹੀਏ ਸਮੂਹ, ਉਹ ਹੇਰਤ ਵੇਖ ਕੇ ਸਾਰੇ ਬੜੇ ਆਸ਼ਚਰਜ ਹੋਏ, ਇਹ ਕੌਤਕ ਵੇਖ ਕੇ ਪਾਤਸ਼ਾਹ ਜੀ ਦਾ, ਇਹ ਜਾਣਿਆ ਵੀ ਸੱਚੇ ਪਾਤਸ਼ਾਹ ਜੀ ਤਾਂ ਪ੍ਰੇਮ ਦੇ ਅਧੀਨ ਹੈ ਨਿਤਾ ਪ੍ਰਤ, ਸਵਨ ਪ੍ਰਵੀਨਨ ਲੀਨਸ ਚੀਨਾ। ਸਾਰੇ ਜਿਹੜੇ ਪ੍ਰਵੀਨਨ ਕਹੀਏ ਸਿਆਣੇ ਬੈਠੇ ਸੀ ਨਾ ਸਭਾ ਦੇ ਵਿੱਚ ਮਹਾਰਾਜ ਦੇ ਦਰਬਾਰ 'ਚ, ਉਹਨਾਂ ਨੇ ਇਸ ਤਰ੍ਹਾਂ ਚੀਨਸ ਲੀਨਾ ਜਾਣ ਲਿਆ ਵੀ ਸਤਿਗੁਰੂ ਤਾਂ ਭਾਵਨਾ ਨਾਲ ਹੀ ਪ੍ਰਸੰਨ ਹੁੰਦੇ ਹੈ। ਬੰਦਤ
ਲਿਖੀ ਨਾ ਜਾਵੇ ਲੀਲਾ, ਜਿਸ ਕਰਕੇ ਸਤਿਗੁਰਾਂ ਦੀ ਲੀਲਾ ਵਡਿਆਈ ਭਾਈ ਜਾਣੀ ਨਹੀਂ ਜਾਂਦੀ। ਇਹ ਤਾਂ ਬੰਦਤ ਨਮਸਕਾਰ ਕਰਨ ਯੋਗ ਹੀ ਹੈ। ਤਦੋਂ ਹਾਥ ਜੋ ਹਾਂਜੀ ਪਾਰ ਬ੍ਰਹਮ ਸ੍ਰੀ ਗੁਰੂ ਗਹੀਲਾ, ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਵਰ ਰੂਪ ਹੈ, ਸਿੱਖਾਂ ਵਾਸਤੇ ਐਸੀ ਅਚਰਜ ਵਡਿਆਈ ਵਿਖਾਉਂਦੇ ਹੈ ਆਪਣੀ, ਪਰ ਹਮੇਸ਼ਾ ਹੀ ਪ੍ਰੇਮ ਦੇ ਅਧੀਨ ਹੈ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਗੁਰੂ ਕਲਗੀਧਰ ਪਿਤਾ ਜੀ ਆਖਰੀ ਫੈਸਲਾ ਦੇ ਗਏ। ਇਸ ਵਾਸਤੇ ਪ੍ਰੇਮ ਦੇ ਅਧੀਨ ਹੈ, ਇਸ ਤਰ੍ਹਾਂ ਜਣਾ ਰਹੇ ਹੈ ਸੱਚੇ ਪਾਤਸ਼ਾਹ ਅਤੇ ਗੁਰੂ ਕੀਆਂ ਸੰਗਤਾਂ ਸਮਝ ਗਈਆਂ ਸਤਿਗੁਰੂ ਦੇ ਦਰ ਦੀ ਵਡਿਆਈ, ਜਿਹੜੀਆਂ ਮਹਾਰਾਜ ਦੇ ਹਜ਼ੂਰ ਬੈਠੀਆਂ ਸੀ। ਇੱਦਾਂ ਗੁਰੂ ਕੀ ਸੰਗਤ ਭਾਈ ਸਤਿਗੁਰਾਂ ਦੇ ਹਜ਼ੂਰ ਆ ਕੇ ਹੀ ਸਤਿਗੁਰੂ ਦੀਆਂ ਵਡਿਆਈਆਂ ਜਾਣ ਮਾਣ ਸਕਦੀ ਹੈ। ਐਸੀਆਂ ਵਡਿਆਈਆਂ ਸੱਚੇ ਪਾਤਸ਼ਾਹ ਜੀ ਦੀਆਂ ਹੈ ਜਿਹੜੀਆਂ ਜਗਤ ਜਲੰਦੇ ਨੂੰ ਉਤਾਰਦੀਆਂ। ਭੁੱਲਾਂ ਗੁਰੂ ਕੀ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਇੱਥੇ ਵਿਸਰਾਮ ਦਿੰਦੇ ਹੈ। ਅੱਗੇ ਜਿਸ ਤਰ੍ਹਾਂ ਪ੍ਰਸੰਗ ਆਵੇਗਾ, ਤੀਰਥ ਉਦਮ ਸਤਿਗੁਰ ਕੀ ਆ ਸਭ ਲੋਕ ਉਧਰਨ ਅਰਥਾ, ਸਾਰੇ ਲੋਕਾਂ ਨੂੰ ਤਾਰਨ ਵਾਸਤੇ ਜਿਹੜੇ ਤੀਰਥਾਂ ਦੇ ਇਸ਼ਨਾਨ 'ਚ ਹੀ ਗਿਆਨ ਧਿਆਨ ਮੰਨੀ ਬੈਠੇ ਸੀ ਕਿ ਬਸ ਜੀ ਅਸੀਂ ਤਾਂ ਤੀਰਥਾਂ ਦਾ ਇਸ਼ਨਾਨ ਕਰਦੇ ਹਾਂ, ਅਸੀਂ ਤਾਂ ਮੁਕਤ ਹੈ, ਅਤੇ ਸਤਿਗੁਰੂ ਜੀ ਨੇ ਸਭ ਦਾ ਭਲਾ ਕਰਨਾ ਹੈ ਭਾਈ, ਕਿਉਂਕਿ ਇਸ ਜੱਗ ਦੇ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇ ਪਰਮੇਸ਼ਵਰ ਹੈ, ਉਹ ਪਰਮੇਸ਼ਵਰ ਦੀ ਬੰਦਗੀ ਇਹ ਸਾਰੇ ਯੁੱਗਾਂ ਤੋਂ ਕਰ ਰਹੇ ਸੀ। ਜਿਹੜੇ ਇਹ ਕਹਿੰਦੇ ਸੀ ਮਹਾਰਾਜ ਹੁਣ ਖੁਦ ਤੁਸੀਂ ਆਵੋ, ਤੁਸੀਂ ਖੁਦ ਹੁਣ ਇਹ 24 ਕਲਾ 16 ਕਲਾ ਇਹਨਾਂ ਨਾਲ ਗੱਲ ਨਹੀਂ ਬਣਨੀ, ਇਹ ਤਾਂ ਆਪਣੀਆਂ 14 ਕਲਾ ਸੀਮਤ ਕਲਾ ਜੀ ਨਾਲ ਮੁੜ ਕੇ ਫਿਰ ਉੱਥੇ ਫਸ ਜਾਂਦੇ ਆ ਉਹਨਾਂ ਕੰਮਾਂ ਦੇ ਵਿੱਚ, ਕੋਈ ਰਾਜ ਭਾਗ 'ਚ ਫਸ ਜਾਂਦਾ ਉਦੋਂ ਅੱਗੇ ਜਾ ਕੇ, ਅਤੇ ਕੋਈ ਚਰਿੱਤਰਾਂ 'ਚ ਫਸ ਜਾਂਦਾ ਉੱਥੇ। ਇਸ ਵਾਸਤੇ ਇਹਦਾ ਮਰਿਆਦਾ ਇਹੋ ਜਿਹੀ ਹੈ। ਪਾਰ ਜਦ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀ ਆ, ਇਹਨਾਂ ਤੋਂ ਮਹਾਰਾਜ ਉਹ ਭਲਾ ਨਹੀਂ ਹੋਣਾ, ਇਹ ਤਾਂ ਖੁਦ ਆਪ ਕਿਰਪਾ ਕਰੋ। ਇਹ ਪੁਕਾਰਾਂ ਕਰ ਰਹੇ ਸਨ, ਜਿੰਨੇ ਵੀ ਬੰਦਗੀ ਵਾਲੇ ਸਨ, ਰੱਬ ਦੇ ਪਿਆਰੇ ਸਨ, ਉਹ ਇਹ ਵੀ ਬੇਨਤੀ ਕਰਦੇ ਸੀ ਮਹਾਰਾਜ ਹੁਣ ਤੁਸੀਂ ਖੁਦ ਆਵੋ, ਆਪ ਆਵੋ ਆਪ। ਇਹ ਅਰਦਾਸਾਂ ਸੀ ਜਿਹੜੀਆਂ ਅਰਦਾਸਾਂ ਖੁਦ ਪਰਮੇਸ਼ਵਰ ਗੁਰੂ ਨਾਨਕ ਰੂਪ ਹੋ ਕੇ ਆ ਗਏ, ਗੁਰੂ ਅਮਰਦਾਸ ਪਾਤਸ਼ਾਹ ਰੂਪ ਹੋ ਕੇ ਤਾਰ ਰਹੇ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਵਡਿਆਈ ਆਪਾਂ ਗਾਵੀ ਭੁੱਲਾਂ ਬਖਸ਼ ਦੇਣੀਆਂ ਜੀ। ਸਿੱਖਣ ਹਿਤ ਅਚਰਜ ਦਿਖਰਾਵਤ, ਸਦਾ ਪ੍ਰੇਮ ਵਸ ਇਹੀ ਜਨਾਵਤ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।